ਸਤਨਾਮ ਵਾਹਿਗੁਰੂ ਸਾਹਿਬ ਦੀਓ ਜੈ ਬਾ ਗੁਣ ਗੋਬਿੰਦ ਪਜ ਹੋ ਕਰਨ ਸੁਨਹੁ ਹਰ ਨਾਮ ਕੋ ਨਾਨਕ ਸੁਨ ਰੇ ਮਨਾ ਰਹਿ ਨਾ ਜਮਕੈ ਧਾਮ ਜਹਿ ਬਾਗੁਣ ਗੋਬਿੰਦ ਭਜੋ ਕਰਨ ਸੁਨੋ ਹਰਨਾਮ ਕਹੋ ਨਾਨਕ ਸੁਨ ਰੇ ਮਨਾ ਪਰ ਹੈ ਨਾ ਜਮਕਾ ਤਾਮ ਜੋ ਪ੍ਰਾਣੀ ਮਮਤਾਤ ਜੈ ਲੋਭ ਮੋਹ ਅਹੰਕਾਰ ਕੋ ਨਾਨਕ ਆਪਨ ਤਰੈ ਉਰਨਨ ਲੇਤੇ ਉਧਾਰ ਜੋ ਪ੍ਰਾਨੇ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਓਰਨ ਲੈਤੇ ਉਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ਼ ਸਤਗੁਰੂ ਦਸਹਾਂ ਪਾਤਸ਼ਾਹਿਆਂ ਦੇ ਸਰੂਪ ਸਰਬ ਕਲਾ ਸਮਰੱਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਪਹੁੰਚੇ ਗੁਰੂ ਸvare ਸਤਸੰਗੀ ਜਨੋ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪਰਵਚਨ ਸ਼ਲੋਕ 21 ਔਰ 22 ਨੰਬਰ ਅੱਜ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿਸੇ ਦੇ ਸਵਾਲ ਦੇ ਜਵਾਬ ਵਿੱਚ ਪਹਿਲਾ ਸ਼ਲੋਕ ਉਚਾਰਿਆ ਜਿਸ ਨੇ ਜਮਾ ਦੇ ਧਾਮ ਤੋਂ ਬਚਨ ਦੀ ਬੇਨਤੀ ਕੀਤੀ ਹੈ ਉਸ ਨੂੰ ਦੱਸਦੇ ਹਨ ਕਿ ਮੌਤ ਦੇ ਘਰ ਵਿੱਚੋਂ ਬਚਣ ਦਾ ਹੋਰ ਕੋਈ ਵਸੀਲਾ ਨਹੀਂ ਜੋ ਕੁਝ ਜਨਮ ਦਾ ਹੈ ਜੋ ਕੁਝ ਦਿਸਦਾ ਹੈ ਜੋ ਕੁਝ ਅਸੀਂ ਵੇਖਦੇ ਹਾਂ ਇਹ ਸਾਰਾ ਕੁਝ ਮੌਤ ਦੀ ਝੋਲੀ ਵਿੱਚ ਡਿੱਗ ਪੈਂਦਾ ਹੈ ਔਰ ਇਹ ਕੋਈ ਸਮਝਾਉਣ ਵਾਲਾ ਗਿਆਨ ਵੀ ਨਹੀਂ ਅਸੀਂ ਆਪਣੀਆਂ ਅੱਖਾਂ ਨਾਲ ਜਿਹੜੇ ਸਰੀਰ ਸਾਨੂੰ ਆਪਣੀ ਗੋਦ ਵਿੱਚ ਚੁੱਕ ਕੇ ਖੜਾਉਂਦੇ ਰਹੇ ਜਿਨ੍ਹਾਂ ਨੇ ਸਾਡੀਆਂ ਉਂਗਲਾਂ ਫੜ ਕੇ ਤੋੜਿਆ ਔਰ ਆਪਣੀਆਂ ਅੱਖਾਂ ਨਾਲ ਅਸੀਂ ਵੇਖਿਆ ਉਹ ਇਸ ਜ਼ਮੀਨ ਤੋਂ ਇਸ ਤਰ੍ਹਾਂ ਉਲੇ ਹੋ ਗਏ ਜਿਵੇਂ ਕਿ ਧੂਆਂ ਆਕਾਸ਼ ਵਿੱਚ ਦਿਸਦਾ ਤੇ ਹਵਾ ਦੇ ਬੁੱਲੇ ਆਉਂਦੇ ਉਹਦਾ ਪਤਾ ਨਹੀਂ ਲੱਗਦਾ ਕਿੱਧਰ ਨੂੰ ਚਲਾ ਗਿਆ ਇਹ ਇੱਕ ਇਹਨੂੰ ਕਹਿੰਦੇ ਨੇ ਕਿ ਬਿਨਾਂ ਉਦਾਹਰਨ ਦੇਣ ਤੋਂ ਮੰਨਣ ਵਾਲੀ ਸੁਚਾਈ ਹੈ ਇਹਨੂੰ ਮਨਾਉਣ ਦੀ ਲੋੜ ਨਹੀਂ ਇਹ ਹੀ ਇੱਕ ਸਾਰੇ ਸੰਸਾਰ ਦਾ ਸਭ ਤੋਂ ਵੱਡਾ ਡਰ ਹੈ ਜਿੰਨੇ ਡਰ ਮੰਨੇ ਨੇ ਜਿੰਨੇ ਦੁੱਖ ਕਹੇ ਨੇ ਉਹਨਾਂ ਵਿੱਚੋਂ ਇੱਕ ਸਭ ਤੋਂ ਵੱਡਾ ਡਰ ਹੈ ਕਿ ਮੌਤ ਜਿਹੜੀ ਹੈ ਯਾਨੀ ਕਿ ਸਮਾਪਤੀ ਜੀਵਨ ਦੀ ਇਸ ਦੀ ਸਰੀਰ ਦੀ ਉਹ ਬੜੀ ਪੈਦਾਇਕ ਕਬੀਰ ਸਾਹਿਬ ਨੇ ਇੱਕ ਵਚਨ ਕੀਤਾ ਕਹਿੰਦੇ ਵੈਦ ਕਹੈ ਹਉ ਹੀ ਪਲਾ दारू ਮੇਰਾ ਬਸ ਕਈ ਵਾਰੀ ਕੁਝ ਵੈਦ ਤੇ ਸਿਆਣੇ ਨੇ ਉਹਤੇ ਦੋ ਚੀਜ਼ਾਂ ਦਿੰਦੇ ਨੇ ਦਵਾਈ ਤੇ ਦੁਆ ਉਹ ਕਹਿੰਦੇ ਨੇ ਦਵਾਈ ਮੈਂ ਦਿਆਂਗਾ ਦੁਆ ਤੁਸੀਂ ਕਰੋ ਰੱਬ ਅੱਗੇ ਕਿ ਦਵਾਈ ਤੁਹਾਡੇ ਲਈ ਕੰਮ ਆ ਸਕੇ ਇਹ ਸਾਧਨ ਬਣ ਸਕੇ ਗੁਰੂ ਹਰਿ ਰਾਇ ਸਾਹਿਬ ਜੀ ਨੇ ਇਸ ਚੀਜ਼ ਨੂੰ ਵਰਤਿਆ ਦਾਰਾ ਸ਼ਿਕੋ ਮਰਨ ਦੇ ਨੇੜੇ ਸੀ ਬਿਲਕੁਲ ਬਹੁਤ ਉਹਦੇ ਸਰੀਰ ਤੇ ਦੁੱਖ ਸੀ ਔਰੰਗਜ਼ੇਬ ਦਾ ਭਰਾ ਇਹਨਾਂ ਬਿਮਾਰ ਪੈ ਗਿਆ ਕਿਸੇ ਹਕੀਮ ਦੇ ਵਸ ਦੀ ਗੱਲ ਨਹੀਂ ਰਹੀ ਮੰਜੇ ਤੇ ਪਿਆ ਇਹਨੇ ਕਿਸੇ ਤਰ੍ਹਾਂ ਸਾਧ ਸੰਗਤ ਗੁਰੂ ਹਰ ਰੈ ਸਿੰਘ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਪਹੁੰਚ ਕੀਤੀ ਸਤਗੁਰਾਂ ਨੇ ਦਵਾਈ ਦਿੱਤੀ ਕਿਉਂਕਿ ਦੁਆਖਾਨਾ ਸੀ ਉਹਨਾਂ ਕੋਲ ਦੁਆ ਦਵਾਈ ਦਿੱਤੀ ਕਿਉਂਕਿ ਜਿੱਥੇ ਗੁਰੂ ਨਾਨਕ ਦੇ ਘਰ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਰਬ ਰੋਗ ਕਾ ਔਖਦ ਨਾਮ ਸਾਰਿਆਂ ਰੋਗਾਂ ਦਾ ਔਖਦ ਦਵਾਈ ਨਾਮ ਹੀ ਹੈ ਜਿਹੜੇ ਸਾਡੇ ਅੰਦਰ ਰੋਗ ਨੇ ਉਹਨਾਂ ਦੀ ਦਵਾਈ ਹੈ ਨਾਮ ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਤਾਂ ਹਨ ਕਰਮ ਰੋਗ ਇਹਨਾਂ ਨੂੰ ਤੇ ਨਾਮ ਕੱਟਦਾ ਪਰ ਕਹਿੰਦੇ ਇੱਕ ਰੋਗ ਜਿਹੜਾ ਉਹ ਬੰਦੇ ਨੂੰ ਹਵਾ ਤੋਂ ਪਾਣੀ ਤੋਂ ਬਾਹਰੋਂ ਲੱਗਦਾ ਉਹਨੂੰ ਇਥੋਂ ਦਵਾਈ ਦਿੱਤੀ ਜਾ ਸਕਦੀ ਉਹਦੇ ਵਾਸਤੇ ਦਵਾਖਾਨੇ ਖੋਲੇ ਗਏ ਉਹਦੇ ਵਾਸਤੇ ਸਤਗੁਰਾਂ ਨੇ ਦਵਾਖਾਨੇ ਖੋਲੇ ਔਰ ਦਵਾਈ ਦਿੱਤੀ ਪ੍ਰਬੰਧ ਕੀਤਾ ਵੇ ਰੋਗ ਨਾ ਲੱਗੇ ਸਤਿਗੁਰਾਂ ਦੇ ਕੋਲੋਂ ਦਵਾਈ ਮੰਗਾਉਣ ਵਾਸਤੇ ਨੇ ਪਹੁੰਚ ਕੀਤੀ ਉਪਰਾਲਾ ਕੀਤਾ ਹਜ਼ੂਰ ਨੇ ਭੇਜੇ ਹੋਏ ਮਨੁੱਖ ਦੇ ਹੱਥ ਤੇ ਦਵਾਈ ਰੱਖੀ ਤੇ ਕਹਿਣ ਲੱਗੇ ਇਹਦੇ ਨਾਲ ਠੀਕ ਹੋ ਜਾਏਗਾ ਸਤਿਗੁਰਾਂ ਨੇ ਕਿਹਾ ਭਾਈ ਇਹ ਤੇ ਦਵਾਈ ਹੈ ਤੇ ਦੁਆ ਖੁਦ ਕਰੇ ਖੁਦਾ ਦੇ ਅੱਗੇ ਰੋਗ ਮਿਟੇਗਾ ਪਰ ਇੱਕ ਚੀਜ਼ ਦੀ ਦਵਾਈ ਕਿਸੇ ਕੋਲ ਨਹੀਂ ਕਬੀਰ ਜੀ ਕਹਿੰਦੇ ਵੈਦ ਕਹੈ ਹਉ ਹੀ ਭਲਾ ਜਿਹੜਾ ਕੱਲੀ ਦਵਾਈ ਤੇ ਵਿਸ਼ਵਾਸ ਕਰਦਾ ਹੈ دارو ਮੇਰਾ ਵਸ ਇਹ ਤੋਂ ਵਸਤ ਗੋਪਾਲ ਕੀ ਜਬ ਭਾਵੈ ਲੈ ਖਸ ਮੈਂ ਗੱਲ ਕਰ ਰਿਹਾ ਸੀ ਸਤਗੁਰੂ ਨੇ ਜਵਾਬ ਦਿੱਤਾ ਉਸ ਬੰਦੇ ਦੇ ਜਵਾਬ ਸਵਾਲ ਦਾ ਜਿੰਨੇ ਮੌਤ ਦੇ ਧਾਮ ਵਿੱਚ ਪੈਣ ਤੋਂ ਆਪਣੇ ਆਪ ਨੂੰ ਬਚਾਉਣ ਲਈ ਬੇਨਤੀ ਕੀਤੀ ਤੇ ਸਤਿਗੁਰੂ ਕਹਿੰਦੇ ਕਹੋ ਨਾਨਕ ਸੁਣ ਰੇ ਮਨਾ ਉਹਨੂੰ ਜਵਾਬ ਦਿੰਦੇ ਨੇ ਕਹੋ ਨਾਨਕ ਸੁਣ ਰੇ ਮਨਾ ਪਰ ਹੈ ਨਾ ਜਮ ਕੇ ਧਾਮ ਕਹਿਣ ਲੱਗੇ ਇਸ ਤਰ੍ਹਾਂ ਜਮਾ ਤੋਂ ਬਚ ਜਾਈਦਾ ਉਹ ਹੁਣ ਕਿਹੜੀ ਚੀਜ਼ ਹੈ ਜਿਹੜੀ ਜਮਾ ਤੋਂ ਬਚਾਵੇ ਕਿਉਂਕਿ ਅਜ ਤੱਕ ਸਰੀਰ ਧਾਰੀ ਤੇ ਕੋਈ ਬਚਿਆ ਹੀ ਨਹੀਂ ਜਿੰਨੇ ਸਰੀਰ ਧਾਰਨ ਕਰਕੇ ਆਏ ਨੇ ਪਰ ਬਾਣੀ ਵਿੱਚ ਇਹ ਵੀ ਸ਼ਬਦ ਆਏ ਕਿ ਕਈ ਲੋਕ ਐਸੇ ਜਿਨ੍ਹਾਂ ਵਾਸਤੇ ਮੌਤ ਮੌਤ ਨਹੀਂ ਹੈ ਉਹਨਾਂ ਦੀ ਜ਼ਿੰਦਗੀ ਕਦੀ ਖਤਮ ਨਹੀਂ ਹੁੰਦੀ ਸਾਫ ਸਾਫ ਬਚਨ ਕੀਤੇ ਗਏ ਨੇ ਕਿ ਬ੍ਰਹਮ ਗਿਆਨੀ ਸਦ ਜਿਵੈ ਨਹੀਂ ਮਰਤਾ ਸਰੀਰ ਦੀ ਗੱਲ ਨਹੀਂ ਕਰਦੇ ਕਹਿੰਦੇ ਨੇ ਸਰੀਰ ਤੇ ਇਸ ਤਰ੍ਹਾਂ ਦਾ ਪੰਜ ਭੌਤਿਕ ਇਹ ਤੇ ਮਰਦਾ ਜ਼ਰੂਰ ਪਰ ਉਹਨਾਂ ਦਾ ਅੰਦਰਲਾ ਸਰੀਰ ਨਹੀਂ ਮਰਦਾ ਅੰਦਰਲਾ ਜੀਵਨ ਨਹੀਂ ਮਰਦਾ ਤਾਂ ਉਹਦੇ ਤੋਂ ਬਚਣ ਲਈ ਕਿਸੇ ਮਨੁੱਖ ਨੇ ਬੇਨਤੀ ਕੀਤੀ ਇਹ ਵੀ ਇੱਕ ਬੜੀ ਵੱਡੀ ਅਰਦਾਸ ਧਰਮੀ ਬੰਦੇ ਦੀ ਅਰੰਭਤਾ ਇੱਥੋਂ ਹੁੰਦੀ ਹੈ ਖਿਆਲ ਕਰਨਾ ਧਰਮ ਦਾ ਦਰਵਾਜ਼ਾ ਹੈ ਮੌਤ ਮੈਂ ਥੋੜੀਆਂ ਜੀਆਂ ਬੇਨਤੀਆਂ ਦੇ ਉੱਤੇ ਜ਼ਰੂਰ ਕਰਾਂਗਾ ਕਿਉਂਕਿ ਜਿੱਥੋਂ ਧਰਮ ਸ਼ੁਰੂ ਹੁੰਦਾ ਕਿਸੇ ਵੀ ਘਰ ਵਿੱਚ ਪਰਵੇਸ਼ ਕਰਨਾ ਤੇ ਦਰਵਾਜ਼ਾ ਤੇ ਪਹਿਲਾਂ ਪਤਾ ਹੋਣਾ ਚਾਹੀਦਾ ਅਸੀਂ ਕਿਸੇ ਇਮਾਰਤ ਦੇ ਮੰਨ ਲਓ ਇਸ ਇਮਾਰਤ ਵਿੱਚ ਹੀ ਅਸੀਂ ਆਇਆ ਭਾਵੇਂ ਇਹਦੇ ਚਾਰੇ ਪਾਸੇ ਨੇ ਪਰ ਐਂਟਰੀ ਜਿਹੜੀ ਇਹ ਗੇਟ ਤੋਂ ਬਿਨਾਂ ਕਿਵੇਂ ਦਰਵਾਜ਼ਾ ਲੱਭੇਗਾ ਤੇ ਤਾਂ ਅੰਦਰ ਆਵਾਂਗੇ ਭਾਵੇਂ ساری ਉਮਰ ਅਸੇ ਇਹਦੀਆਂ ਕੰਧਾਂ ਦੇ ਚੱਕਰ ਘੱਟਦੇ ਰਹੀਏ ਅੰਦਰ ਨਹੀਂ ਆਇਆ ਜਾਏਗਾ ਇਹਦੇ ਅੰਦਰ ਆਉਣ ਦਾ ਵਸੀਲਾ ਦਰਵਾਜਾ ਤੇ ਜਿਹੜਾ ਧਰਮ ਰੂਪੀ ਘਰ ਹੈ ਸਾਧ ਸੰਗਤ ਉਹਦੇ ਵਿੱਚ ਪਰਵੇਸ਼ ਕਰਨ ਦਾ ਦਰਵਾਜਾ ਹੈ ਮੌਤ ਨੂੰ ਜੀਵਨ ਵਿੱਚ ਵੇਖਣਾ ਜੀਵਨ ਵਿੱਚ ਮੌਤ ਵਿੱਚ ਤੇ ਮੌਤ ਸਾਰਿਆਂ ਨੇ ਵੇਖਣੀ ਹੀ ਹੈ ਕੋਈ ਸ਼ੱਕ ਨਹੀਂ ਉਹ ਤੇ ਵੇਖਣੀ ਹੀ ਪੈਗੀ ਜੀਵਨ ਵਿੱਚ ਮੌਤ ਨੂੰ ਵੇਖਣਾ ਇਹ ਜਦੋਂ ਬੰਦਾ ਚੰਗੀ ਤਰ੍ਹਾਂ ਮੌਤ ਨਾਲ ਮਿੱਤਰਤਾ ਪਾ ਲੈਂਦਾ ਜਿਉਂਦੇ ਜੀ ਉਹਦੇ ਨਾਲ ਹੱਸਦਾ ਖੇਡਦਾ ਤੇ ਮੌਤ ਇੱਕ ਇਸ ਤਰ੍ਹਾਂ ਦੀ ਸੁਆਦਲੀ ਚੀਜ਼ ਹੈ ਜੇ ਜੀਵਨ ਦੇ ਰਹਿੰਦਿਆਂ ਇਹਦੇ ਨਾਲ ਦੋਸਤੀ ਪਾਈ ਜਾਏ ਤੇ ਜਨਮ ਨਵਾਂ ਪੈਦਾ ਕਰ ਦਿੰਦੀ ਜਿਹਦੀ ਮੌਤ ਕਦੀ ਨਹੀਂ ਹੁੰਦੀ ਇਸ ਤਰ੍ਹਾਂ ਦੀ ਚੀਜ਼ ਹੈ ਤਾਂ ਮੌਤ ਜਿਹੜਾ ਉਹ ਦਰਵਾਜ਼ਾ ਜੀਵਨ ਦਾ ਜਿਨ੍ਹਾਂ ਨੇ ਮੌਤ ਨੂੰ ਪ੍ਰਵਾਨ ਕਰ ਲਿਆ ਉਹਨਾਂ ਨੇ ਧਰਮ ਦਾ ਦਰਵਾਜ਼ਾ ਲੱਭ ਲਿਆ ਤੇ ਅੰਦਰ ਚਲੇ ਗਏ ਅੰਦਰ ਪਰਵੇਸ਼ ਕਰ ਗਏ ਉਹਦੇ ਤੋਂ ਪਹਿਲਾਂ ਨਹੀਂ ਇਸ ਕਰਕੇ ਨਾਮ ਦੇ ਵੀ ਇੱਕ ਅਰਥ ਨੇ ਮੌਤ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਕੀਤਾ ਹੈ ਕਹਿੰਦੇ ਗੁਰੂ ਹੈ ਗੋਰ ਤੇ ਸਿੱਖ ਹੈ ਮੁਰਦਾ ਖਿਆਲ ਕਰਨਾ ਗੁਰੂ ਗੋਰ ਹੈ ਗੋਰ ਦੇ ਅਰਥ ਨੇ ਕਬਰ ਗੁਰੂ ਕਹਿੰਦੇ ਕਬਰ ਤੇ ਸਿੱਖ ਮੁਰਦਾ ਇੱਕ ਪਾਸੇ ਕਹਿੰਦੇ ਕਬਰ ਨੂੰ ਪੂਜਣਾ ਹੀ ਨਹੀਂ ਇਹ ਤਸ਼ਬੀਹ ਹੈ ਇਹ ਉਦਾਹਰਣੇ ਕਈ ਵਾਰੀ ਅਸੀਂ ਭੁਲੇਖੇ ਵਿੱਚ ਪੈ ਜਾਂਦੇ ਆ ਵੀ ਇਹ ਉਦਾਹਰਣ ਕਿਉਂ ਵਰਤੀ ਗਈ ਹੈ ਵੇਖੋ ਇੱਕ ਪਾਸੇ ਕਹਿੰਦੇ ਦੁਗਦਾ ਨਾਮ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਤ੍ਰਿਸ਼ਨਾ ਰਾਚ ਨ ਪਰ ਘਰ ਜਾਵਾਂ ਤ੍ਰਿਸ਼ਨਾ ਨਾਮ 부ਝਾਈ ਇਥੇ ਕਹਿੰਦੇ ਮੜੀ ਨੂੰ ਨਹੀਂ ਪੂਜਣਾ ਕਹਿੰਦੇ ਕਬਰ ਨੂੰ ਨਹੀਂ ਪੂਜਣਾ ਉਦਾਹਰਣ ਦੇਣ ਲੱਗਿਆ ਝਿਜਕੇ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਹੈ ਕਬਰ ਤੇ ਸਿੱਖ ਹੈ ਉਹਦੇ ਵਿੱਚ ਪਿਆ ਹੋਇਆ ਮੁਰਦਾ ਜਦੋਂ ਉਦਾਹਰਣ ਦਿੱਤੀ ਤੇ ਜ਼ਰੂਰ ਕਿਸੇ ਪੁੱਛਿਆ ਹੋਵੇਗਾ ਕਿਵੇਂ ਦੇ ਉਦਾਹਰਣ ਦੇ ਦਿੱਤੀ ਕਹਿੰਦੇ ਇਹ ਸੱਚ ਹੈ ਕਿਉਂਕਿ ਧਰਮ ਨਾਮ ਤੇ ਦੂਜੇ ਅਰਥ ਨੇ ਮੌਤ ਤੇ ਮੌਤ ਦੇ ਅਰਥ ਨੇ ਧਰਮ ਕਹਿੰਦੇ ਜਿਸ ਵੇਲੇ ਉਦਾਹਰਨ ਦਿੱਤੀ ਤੇ ਭਾਈ ਸਾਹਿਬ ਨੂੰ ਕਿਸੇ ਪੁੱਛਿਆ ਵੀ ਤੁਸੀਂ ਇਹ ਕਿਉਂ ਉਦਾਹਰਨ ਕਹਿੰਦੇ ਸੱਚ ਹੈ ਜਿਵੇਂ ਕਬਰ ਦੇ ਵਿੱਚ ਮਰਦਾ ਜਦੋਂ ਦਫਨਾਇਆ ਜਾਂਦਾ ਹੈ ਉਦੋਂ ਹੋਰ ਤਰ੍ਹਾਂ ਹੁੰਦਾ ਤੇ ਥੋੜੇ ਦਿਨਾਂ ਬਾਅਦ ਕਬਰ ਉਸ ਮਰਦੇ ਨੂੰ ਆਪਣੇ ਵਰਗਾ ਕਰ ਲੈਂਦੀ ਹੈ ਸਰੀਰ ਨੂੰ ਮਿੱਟੀ ਬਣਾ ਦਿੰਦੀ ਬਿਲਕੁਲ ਆਪ ਵੀ ਮਿੱਟੀ ਦੀ ਤੇ ਉਹਨੂੰ ਮਿੱਟੀ ਬਣਾ ਲੈਂਦੀ ਇਸੇ ਤਰ੍ਹਾਂ ਗੁਰੂ ਦਾ ਸੁਭਾਅ ਹੈ ਬਾਣੀ ਦਾ ਸੁਭਾਅ ਹੈ ਨਾਮ ਦਾ ਸੁਭਾਅ ਹੈ ਸ਼ਬਦ ਦਾ ਸੁਭਾਅ ਹੈ ਜੇ ਕਿਤੇ ਕੋਈ ਗੁਰੂ ਦੇ ਨੇੜੇ ਆ ਜਾਏ ਸ਼ਬਦ ਦੇ ਨੇੜੇ ਆ ਜਾਏ ਗੁਰਬਾਣੀ ਦੇ ਨੇੜੇ ਚਲਾ ਜਾਏ ਬਸ ਉਹ ਨਹੀਂ ਬਚਦਾ ਉਸ ਤਰ੍ਹਾਂ ਦਾ ਜਿਵੇਂ ਦਾ ਪਹਿਲਾਂ ਸੀ ਉਹਦੇ ਵਿੱਚੋਂ ਕਈ ਵਾਰੀ ਤੇ ਭੁਲੇਖੇ ਲੱਗਣ ਲੱਗ ਪੈਂਦਾ ਹੈ ਕਿਤੇ ਗੁਰੂ ਤੇ ਨਹੀਂ ਸਿੱਖ ਜਿਹਨੂੰ ਗੁਰਸਿੱਖ ਕਿਹਾ ਹੈ ਨਾ ਉਹਦੇ ਵਿੱਚੋਂ ਝਲਕ ਪੈਂਦੀ ਏ ਗੁਣਾ ਦੀ ਉਹਦੇ ਵਿੱਚ ਸੁਭਾਅ ਉਸ ਤਰ੍ਹਾਂ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ ਗੁਰੂ ਵਰਗਾ ਹੋ ਜਾਂਦਾ ਹੈ ਇਹ ਹੈ ਉਹਦਾ ਸੁਭਾਅ ਗੁਰੂ ਦਾ ਕਿ ਗੁਰੂ ਆਪਣੇ ਵਰਗਾ ਸਿੱਖ ਨੂੰ ਬਣਾਉਂਦਾ ਤੇ ਇਹ ਮੈਂ ਬੇਨਤੀ ਕਰਦਿਆਂ ਸਾਧ ਸੰਗਤ ਜਿੰਨੂੰ ਅਸੀਂ ਕਹਿੰਦੇ ਆ ਨਾ ਗੁਰਸਿੱਖੀ ਕੀ ਹੈ ਕਿਉਂਕਿ ਜਿਸ ਰਾਹ ਤੇ ਤੁਰਿਓ ਉਹਦੇ ਕੋਈ ਲੈਸਨ ਉਹਦੀ ਕੋਈ ਮੰਜ਼ਲ ਉਹਦਾ ਕੋਈ ਮਾਰਗ ਤੇ ਪਤਾ ਹੋਣਾ ਚਾਹੀਦਾ ਨਾ ਭਈ ਅਸੀਂ ਕਿੱਥੋਂ ਤੁਰੇ ਮੋੜ ਕਿੱਥੇ ਆਇਆ ਲੰਘੇ ਕਿੱਧਰੋਂ ਜਾਣਾ ਕਿੱਧਰ ਹੈ ਅੱਗੇ ਤੇ ਘਰ ਕਿਹੜਾ ਜਿੱਥੇ ਪਹੁੰਚਣਾ ਹੈ ਜਿਸ ਪਾਂਦੀ ਨੂੰ ਇਹ ਖਬਰ ਨਹੀਂ ਕਿ ਮੈਂ ਜਾ ਕਿੱਧਰ ਰਿਆਂ ਉਹ ਪਹੁੰਚੇਗਾ ਕਿੱਥੇ ਜਿਸ ਧਰਮੀ ਬੰਦੇ ਨੂੰ ਇਹ ਨਹੀਂ ਪਤਾ ਮੈਂ ਪਹੁੰਚਣਾ ਕਿੱਥੇ ਹੈ ਉਹ ਧਰਮ ਵਿੱਚ ਅੱਗੇ ਕਿਵੇਂ ਵਧੇਗਾ ਪਤਾ ਹੀ ਨਹੀਂ ਰਾਹ ਦਾ ਮੋੜਦਾ ਹੀ ਨਹੀਂ ਪਤਾ ਕਿੱਧਰੋਂ ਲੰਘਣਾ ਤੇ ਸਤਿਗੁਰੂ ਨੇ ਦੱਸਿਆ ਕਹਿਣ ਲੱਗੇ ਸਿੱਖ ਦਾ ਮਾਰਗ ਹੈ ਤੇ ਮੰਜ਼ਲ ਵੀ ਹੈ ਮੰਜ਼ਲ ਕਿਵੇਂ ਦੀ ਕਹਿਣ ਲੱਗੇ ਮਾਰਗ ਤੇ ਇਹ ਹੈ ਸਵੇਰ ਤੋਂ ਸ਼ਾਮ ਤੱਕ ਮਾਰਗ ਦੱਸ ਦਿੰਦਾ ਇਹਦੇ ਉੱਤੇ ਤੂੰ ਤੁਰਨਾ ਆਹ ਤੇਰਾ ਮਾਰਗ ਹੈ ਗੁਰੂ ਤੇਗ ਬਹਾਦਰ ਸਾਹਿਬ ਵੀ ਅੱਜ ਕਹਿ ਰਹੇ ਨੇ ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ ਸਿੱਖ ਦਾ ਮਾਰਗ ਹੈ ਜਪਣਾ ਸਿੱਖ ਦਾ ਮਾਰਗ ਹੈ ਬਾਣੀ ਪੜਨੀ ਸਿੱਖ ਦਾ ਮਾਰਗ ਹੈ ਅੰਮ੍ਰਿਤ ਵੇਲੇ ਜਾਗਣਾ ਸਿੱਖ ਦਾ ਮਾਰਗ ਹੈ ਸੇਵਾ ਕਰਨੀ ਇਹ ਸਾਰਾ ਮਾਰਗ ਹੀ ਮੰਜ਼ਲ ਨਹੀਂ ਹੈ ਖਿਆਲ ਰੱਖਣਾ ਮੰਜ਼ਲ ਹੋਰ ਹੈ ਇਹਨੂੰ ਮਾਰ ਇਹਨੂੰ ਮੰਜ਼ਲ ਨਾ ਸਮਝ ਲੈਣਾ ਇਹ ਵੀ ਬੜੀ ਸੋਚਣ ਵਾਲੀ ਗੱਲ ਹੈ ਕਈ ਵਾਰੀ ਅਸੀਂ ਰਾਹ ਨੂੰ ਮੰਜ਼ਲ ਸਮਝ ਲੈਂਦੇ ਹਾਂ ਕਿ ਮੈਂ ਪਾਠ ਕਰਨਾ ਤੇ ਮੈਂ ਸਿੱਖ ਮੈਂ ਸਿੱਖ ਪੂਰਾ ਪਾਠ ਕਰਨਾ ਵਾਠ ਕਰਨਾ ਰਸਤਾ ਹੈ ਅਜੇ ਅਸੀਂ ਰਾਹੀ ਹਾਂ ਮੰਜ਼ਲ ਕੀ ਉਹ ਅੱਗੇ ਮੈਂ ਬੇਨਤੀ ਕਰਾਂਗਾ ਜੋ ਬਾਣੀ ਵਿੱਚ ਹੈ ਮੰਜ਼ਲ ਉੱਥੇ ਜਾ ਕੇ ਆਵੇਗੀ ਉਹਦੇ ਤੋਂ ਪਹਿਲਾਂ ਨਾ ਕਿਤੇ ਮੰਨ ਲੈਣਾ ਮੈਂ ਆ ਪੂਰਾ ਸਿੱਖ ਅਜੇ ਪੜਦਾ ਹੈ ਅਜੇ ਬਾਣੀ ਪੜਦਾ ਹੈ ਅਜੇ ਸੇਵਾ ਕਰਦਾ ਹੈ ਅਜੇ ਧਰਮ ਦੇ ਕੰਮ ਕਰ ਰਿਹਾ ਹੈ ਅਜੇ ਮੰਜ਼ਲ ਤੇ ਨਹੀਂ ਪਹੁੰਚਿਆ ਅਜੇ ਰਾਹ ਵਿੱਚ ਹੈ ਹਾਂ ਰਾਹ ਤੇ ਤੁਰੇਗਾ ਤੇ ਤਾਂ ਹੀ ਮੰਜ਼ਲ ਤੇ ਜਾਏਗਾ ਨਾ ਪਰ ਰਾਹ ਨੂੰ ਮੰਜ਼ਲ ਨਾ ਸਮਝਣਾ ਕਿਤੇ ਅਸੀਂ ਸਾਰੇ ਪਾਂਧੀ ਹਾਂ ਅਸੀਂ ਸਾਰੇ ਰਾਹੀ ਹਾਂ ਅਸੀਂ ਸਾਰੇ ਅਜੇ ਮਾਰਗ ਤੇ ਤੁਰੇ ਹਾਂ ਤੇ ਕਈ ਵਾਰੀ ਭੁਲੇਖਾ ਪੈ ਜਾਂਦਾ ਹੈ ਜਦੋਂ ਬੰਦਾ ਮਾਰਗ ਤੇ ਤੁਰਦਾ ਤੁਰਦਾ ਥੱਕ ਜਾਏ ਤੇ ਉੱਥੇ ਬੈਠ ਜਾਂਦਾ ਹੈ ਇਹ ਮੰਨ ਲਵੇ ਸੱਜੇ ਸੱਜੇ ਆਲਸੀ ਹੋ ਗਿਆ ਤੇ ਪਤਾ ਉਦੋਂ ਹੀ ਲੱਗਾ ਜਦੋਂ ਉਥੇ ਕਿਹਾ ਵੀ ਆਈ ਘਰ ਹੈ ਸਾਡਾ ਰਸਤਿਆਂ ਵਿੱਚ ਘਰ ਬਣਾਏ ਇਸ ਲਈ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਇਹ ਸੰਸਾਰ ਜਿੰਨੂੰ ਤੂੰ ਘਰ ਬਣਾ ਕੇ ਬੈਠਾ ਹੈ ਇਹ ਤੇ ਸੱਜਣਾ ਇਸ ਜ਼ਿੰਦਗੀ ਦੇ ਰਾਹ ਦੇ ਉੱਤੇ ਬਣੀ ਹੋਈ ਇੱਕ ਸਰਾਹ ਹੈ ਜਿਵੇਂ ਕੋਈ ਰਾਹ ਤੇ ਤੁਰਿਏ ਹਨੇਰਾ ਪੈ ਜਾਏ ਤੇ ਸੜਕ ਦੇ ਉੱਤੇ ਕਿਤੇ ਸਰਾਮਾਂ ਬਣੀਆਂ ਹੁੰਦੀਆਂ ਸਨ ਪਹਿਲਾਂ ਹੁਣ ਹੋਟਲ ਨੇ ਉਹਨਾਂ ਵਿੱਚ ਰਾਤ ਕੱਟਦੇ ਨੇ ਲੋਕ ਖਾਣਾ ਖਾਂਦੇ ਨੇ ਆਰਾਮ ਕਰ ਲੈਂਦੇ ਸਵੇਰੇ ਫਿਰ ਤੁਰ ਪੈਂਦੇ ਨੇ ਇਹ ਸਰਾਹ ਹੈ ਜਿੱਥੇ ਤੂੰ ਬੈਠਾ ਤੇਰਾ ਘਰ ਨਹੀਂ ਹੈ ਜੇ ਤੂੰ ਇਹਨੂੰ ਘਰ ਸਮਝ ਲਿਆ ਤੇ ਤੇਰੀ ਹਾਲਾਤ ਉਸ ਰਾਹੀ ਵਾਲੀ ਏ ਜਿਹੜਾ ਸਰਾਹ ਦੇ ਵਿੱਚ ਪੈਰ ਪਸਾਰ ਕੇ ਬੈਠ ਗਿਆ ਪੈਰ ੜਾਲੇ ਉਸਨੇ ਸਰਾਹ ਤੇ ਕਬਜ਼ਾ ਕਰ ਲਿਆ ਫਿਰ ਜਿਹੜੇ ਲੋਕ ਕਿਸੇ ਹੋਟਲ ਤੇ ਕਿਰਾਏ ਦੀ ਚੀਜ਼ ਤੇ ਕਬਜ਼ਾ ਕਰਕੇ ਬੈਠ ਜਾਂਦੇ ਨੇ ਥੋੜੇ ਦਿਨਾਂ ਫਿਰ ਉਹ ਬਾਅਦ ਉਹਨਾਂ ਨੂੰ ਧੱਕੇ ਨਾਲ ਬਾਹਰ ਕੱਢ ਦਿੱਤਾ ਜਾਂਦਾ ਹੈ ਖਿੱਚ ਕੇ ਜਾਂ ਤੇ ਆਪ ਹੀ ਚਲੇ ਜਾਂਦੇ ਆਪਣੇ ਟਾਈਮ ਤੇ ਇਸ ਕਰਕੇ ਕੁਝ ਲੋਕ ਐਸੇ ਜਿਹੜੇ ਕੁਦਰਤ ਦੇ ਨਿਯਮ ਦੇ ਅਨੁਸਾਰ ਜਿਉਂਦੇ ਨੇ ਉਹ ਆਪਣੇ ਆਪ ਚਲੇ ਜਾਂਦੇ ਨੇ ਬਹੁਤਾ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪੈਂਦੀ ਜਾਣ ਲੱਗਿਆ ਤਾਂ ਇਹ ਹੈ ਮੰਜ਼ਲ ਨੂੰ ਅਸੀਂ ਰਾਹ ਨੂੰ ਘਰ ਸਮਝ ਲਿਆ ਪਾਠ ਕਰਨਾ ਸੇਵਾ ਕਰਨੀ ਪੰਜ ਕਕਾਰ ਪਾਉਣੇ ਇਹ ਬੜਾ ਸੋਹਣਾ ਮਾਰਗ ਗੁਰੂ ਨੇ ਸਾਨੂੰ ਦਿੱਤਾ ਹੈ ਮਾਰਗ ਤੇ ਅਸੀਂ ਜ਼ਰੂਰ ਤੁਰਨਾ ਹੈ ਭੁਲੇਖਾ ਨਾ ਪੈ ਜਾਏ ਇਹ ਸੜਕ ਹੈ ਇਹ ਰਾਹ ਨਹੀਂ ਅਜੇ ਸਿਰੇ ਤੇ ਨਹੀਂ ਅਸੀਂ ਗਏ ਹੁਣ ਇਹ ਸਾਰਾ ਮਾਰਗ ਹੁਣ ਮੈਂ ਮੰਜ਼ਲ ਦੀ ਬੇਨਤੀ ਕਰਾਂ ਮੰਜਲ ਦੇ ਅਰਥ ਨੇ ਜਿੱਥੇ ਪਹੁੰਚ ਕੇ ਹੁਣ ਅੱਗੇ ਤੁਰਨ ਦੀ ਲੋੜ ਨਹੀਂ ਉਹ ਕੀ ਹੈ ਉਹ ਜੋ ਭਾਈ ਗੁਰਦਾਸ ਜੀ ਨੇ ਕਿਹਾ ਕਿ ਸਿੱਖ ਪੜਦਾ ਰਿਹਾ ਬਾਣੀ ਕਰਦਾ ਰਿਹਾ ਸਿਮਰਨ ਕਰਦਾ ਰਿਹਾ ਸੇਵਾ ਇਹ ਸਭ ਕੁਝ ਕਰਦਿਆਂ 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 ਇੱਕ ਦਿਨ ਇੰਜ ਲੱਗਣ ਲੱਗ ਪਿਆ ਕਿ ਸਿੱਖ ਗੁਰੂ ਵਰਗਾ ਹੀ ਹੋ ਗਿਆ ਉਹਦੇ ਵਰਗਾ ਹੋ ਗਿਆ ਹੁਣ ਮੰਜ਼ਲ ਆ ਗਈ ਸਾਫ਼ ਹੋ ਗਈ ਨਾ ਗੱਲ ਤੁਰੇ ਕਿੱਥੋਂ ਸੀ ਜਦੋਂ ਤੁਰੇ ਸੀ ਆਪਾਂ ਵੱਖਰੇ ਸੀ ਗੁਰੂ ਦਾ ਸੁਭਾਅ ਵੱਖਰਾ ਸੀ ਜਦੋਂ ਤੁਰੇ ਸੀ ਉਦੋਂ ਮੇਰੀਆਂ ਆਦਤਾਂ ਹੋਰ ਸੰਤ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਆਦਤਾਂ ਹੋਰ ਸੰਤ ਆਪ ਜੀ ਕਹੋਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਆਦਤ ਹੈ ਬੜੀ ਵੱਡੀ ਆਦਤ ਹੈ ਉਹਨਾਂ ਦੀ ਸਾਰੀਆਂ ਆਦਤਾਂ ਹੀ ਤੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਾ ਸੁਭਾਅ ਹੀ ਤੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੋਰ ਕੀ ਹੈ ਆ ਗੁਣ ਕਿੰਨੂ ਕਹਿੰਦੇ ਨੇ ਗੁਣ ਕਿੰਨੂ ਕਹੈ ਰਸਨਾ ਗੁਣ ਗੋਬਿੰਦ ਜਪੋ ਰਸਨਾ ਗੁਣ ਗੋਬਿੰਦ ਜੇਬਾ ਗੁਣ ਗੋਬਿੰਦ ਭਜੋ ਇਹ ਗੁਣ ਕੀ ਨੇ ਇਹ ਗੁਣ ਨੇ ਗੁਰੂ ਦਾ ਸੁਭਾਅ ਤੇ ਸੱਚੇ ਪਾਤਸ਼ਾਹ ਨੇ ਕਹੈ ਨਾ ਗੁਣਾ ਨੂੰ ਵਾਰ-ਵਾਰ ਕਹ ਜਦੋਂ ਤੂੰ ਇਹਨਾਂ ਨੂੰ ਵਾਰ-ਵਾਰ ਕਹੇਂਗਾ ਤੇਰਾ ਮਨ ਰੱਬ ਦੇ ਗੁਣਾ ਨੂੰ ਸੁਣੇਗਾ ਤੇ ਗੁਣਾ ਦੇ ਵਿੱਚ ਗੁਣੀ ਵਿੱਚ ਸਮਾਜ ਹੈ ਗੁਣ ਕਹ ਗੁਣੀ ਸਮਾਵਣਿਆ ਉਹਦੇ ਵਿੱਚ ਤੇਰੀ ਸਮਾਈ ਹੋ ਜੇਗੀ ਉਹਦੇ ਵਰਗਾ ਤੂੰ ਬਣ ਜਾਗਾ ਵੱਖਰਾ ਨਹੀਂ ਰਹੇਗਾ ਇਹ ਹੈ ਸਾਧ ਸੰਗਤ ਜੀ ਸਾਡੀ ਮੰਜ਼ਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਆਦਤਾਂ ਨੂੰ ਪਹਿਲਾਂ ਸਮਝੀਏ ਕੀ ਨੇ ਮਹਾਰਾਜ ਜੀ ਦੇ ਸੁਭਾਅ ਨੂੰ ਪਹਿਲਾਂ ਸਮਝੀਏ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾਅ ਹੈ ਕਿ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਇਹ ਹੈ ਗੁਰੂ ਦੀ ਆਦਤ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾ ਹੁਣ ਅਸੀਂ ਆਪਣੇ ਵੱਲ ਵੇਖੀਏ ਕਿ ਮੇਰੇ ਚਿੱਤ ਵਿੱਚ ਦੂਜੇ ਵਾਸਤੇ ਬੁਰਾ ਹੈ ਕਿ ਨਹੀਂ ਜੇ ਮੇਰੇ ਚਿੱਤ ਵਿੱਚ ਦੂਜੇ ਵਾਸਤੇ ਬੁਰਾ ਹੈ ਤੇ ਫਿਰ ਮੇਰੇ ਤੇ ਗੁਰੂ ਵਿੱਚ ਅਜੇ ਬੜੀ ਦੂਰੀ ਹੈ ਮੈਨੂੰ ਅਜੇ ਮੰਜ਼ਲ ਤੇ ਜਾਣ ਵਾਸਤੇ ਪੰਧ ਤੈਅ ਕਰਨ ਦੀ ਲੋੜ ਹੈ ਮੈਂ ਜੇ ਸਿੱਖ ਕੋਈ ਨਹੀਂ ਬਣਿਆ ਇਹ ਹੈ ਮਾਰਗ ਇਹ ਹੈ ਮੰਜ਼ਲ ਸਾਫ਼ ਦੱਸ ਦਿੱਤਾ ਜਿਹੜੀਆਂ ਮੰਜ਼ਲਾਂ ਅਸੀਂ ਸਮਝ ਲਈਆਂ ਸਭ ਕਹਤੇ ਹੈ ਪਾਇਆ ਘਾਟ ਨਾ ਕੋਈ કહਾਇਆ ਅਸੀਂ ਕਿਹਾ ਹੋ ਗਿਆ ਜੀ ਪੂਰੇ ਹੋ ਗਏ ਜੀ ਚੜ੍ਹਦੀ ਕਲਾ ਬਸ ਕਿਸੇ ਨੂੰ ਮਾੜਾ ਜਿਹਾ ਕਹਿ ਦਿੱਤਾ ਉਹਦੀ ਸਿਰ ਦਰਦ ਹਟ ਗਈ ਇਹਨੂੰ ਸਮਝ ਲਿਆ ਸੀ ਹੋ ਗਿਆ ਸਿਰੇ ਤੇ ਨਹੀਂ ਅਜੇ ਬੜੀ ਦੂਰ ਉਹ ਗੱਲ ਵੱਖਰੀ ਸਾਧ ਸੰਗਤ ਇਸ ਲਈ ਸਹਿਬ ਬਾਣੀ ਵਿੱਚ ਬਚਨ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਪਾਣੀ ਦੇ ਵਿੱਚ ਪਾਣੀ ਪਿਆ ਤੇ ਦੋਵੇਂ ਇੱਕ ਹੋ ਗਏ ਪਾਣੀ ਵਿੱਚ ਲੱਕੜ ਰੱਖੋ ਵੱਖਰੀ ਰਹਿੰਦੀ ਲੋਹਾ ਰੱਖੋ ਵੱਖਰਾ ਰਹਿੰਦਾ ਪਾਣੀ ਦੇ ਵਿੱਚ ਮਿੱਟੀ ਕੁਝ ਵੀ ਰੱਖਦੇ ਹੋ ਵੱਖਰਾ ਰਹੇਗਾ ਪਾਣੀ ਵਿੱਚ ਸਮਾਏਗਾ ਗੁਰੂ ਦੀ ਤੱਕ ਉਹ ਹੀ ਗਿਆ ਮੰਜ਼ਲ ਸਾਨੂੰ ਉਸ ਦਿਨ ਮਿਲੇਗੀ ਜਿੱਦ ਦਿਨ ਸਾਡਾ ਸੁਭਾਅ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਵਰਗਾ ਹੋ ਜਾਏਗਾ ਕਿੰਨੇ ਸੁਭਾਅ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਸੁਭਾਅ ਹੈ ਉਹ ਬਹੁਤ ਪਿਆਰਾ ਹੈ ਉਹ ਸੁਭਾਅ ਹੈ ਸਦੀਵ ਪ੍ਰੇਮ ਵਿੱਚ ਰਹਿਣਾ ਇੱਕ ਸੁਭਾਅ ਹੈ ਹੰਕਾਰ ਹੀ ਅੱਗੇ ਝੁਕਣਾ ਨਹੀਂ ਤੇ ਨਿਮਰਤਾ ਜਿਹੜਾ ਯਤੀਮ ਹੈ ਉਹਨੂੰ ਦਬਾਉਣਾ ਨਹੀਂ ਆ ਪਿੱਛੇ ਹੀ ਸ਼ਾਇਦ ਪਿਛਲੇ ਦੀਵਾਨ ਵਿੱਚ ਜਾਂ ਉਸ ਤੋਂ ਪਿਛਲੇ ਵਿੱਚ ਇੱਕ ਤੱਕ ਆਪਾਂ ਵਿਚਾਰੀ ਸੀ ਇੱਕ ਸ਼ਲੋਕ ਗੁਰੂ ਦਾ ਸੁਭਾਅ ਉਹਦੇ ਵਿੱਚ ਦੱਸਿਆ ਗਿਆ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭੈ ਕਾਹੂ ਕੋ ਦੇਤ ਨਹ ਨਹਿ ਭੈ ਮਾਨ ਤਿਆਨ ਕੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ ਨਾ ਕਿਸੇ ਨੂੰ ਡਰਾਉਂਦਾ ਨਾ ਕਿਸੇ ਤੋਂ ਡਰਦਾ ਇੱਕ ਹੋਰ ਵੀ ਸੁਭਾਅ ਹੈ ਰੱਬ ਦਾ ਕਿੰਨੇ ਕੋਨੇ ਗੁਰੂ ਸਾਹਿਬ ਨੇ ਤੇ ਕਹਿ ਦਿੱਤਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਸੁਭਾਅ ਬੜੇ ਨੇ ਇਹਨਾਂ ਨੂੰ ਸਮਝੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਭਾਅ ਕੀ ਨੇ ਅਸੀਂ ਉਸ ਤਰ੍ਹਾਂ ਦਾ ਸੁਭਾਅ ਕਰੀਏ ਯਤਨ ਕਰੀਏ ਕਿਸੇ ਨੂੰ ਡਰਾਉਂਦਾ ਨਹੀਂ ਗੁਰੂ ਤੇ ਕਿਸੇ ਤੋਂ ਡਰਦਾ ਨਹੀਂ ਇਹ ਵੀ ਇੱਕ ਸੁਭਾਅ ਇੱਕ ਹੋਰ ਬੜਾ ਸੁੰਦਰ ਸੁਭਾਅ ਉਹ ਸਾਧ ਸੰਗਤ ਜੇ ਕਿਤੇ ਸਾਡੇ ਵਿੱਚ ਆ ਜਾਏ ਤੇ ਸਾਨੂੰ ਜ਼ਿੰਦਗੀ ਜਿਉਣ ਦੀ ਸਮਝ ਆ ਜਾਏਗੀ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਰੱਬ ਇੱਕ ਇੱਕ ਜੀਵ ਦਾ ਫਿਕਰ ਵੀ ਕਰਦਾ ਹੈ ਸਾਰਿਆਂ ਦਾ ਸੰਭਾਲ ਵੀ ਕਰਦਾ ਹੈ ਉਹਨਾਂ ਦੇ ਹਰ ਇੱਕ ਪੱਖ ਨੂੰ ਸੰਭਾਲਦਾ ਵੀ ਹੈ ਤੇ ਫਿਰ ਚਿੰਤਾ ਵਿੱਚ ਵੀ ਨਹੀਂ ਪੈਂਦਾ ਇਹ ਉਹਦਾ ਸੁਭਾਅ ਹੈ ਕਿੰਨਾ ਅਨੋਖਾ ਹੈ ਅਸੀਂ ਜਾਂ ਤੇ ਕਹਿੰਦੇ ਆ ਕਈ ਵਾਰੀ ਕਹਿ ਦਿੰਦੇ ਆ ਵੀ ਇਹ ਸਾਰਾ ਕੁਝ ਲਾਓ ਗਲੋਂ ਤੇ ਚਿੰਤਾ ਮੁੱਕੇ ਤੇ ਨਾਮ ਜਪੀਏ ਇਹ ਵੀ ਸਾਡਾ ਸੁਭਾਅ ਹੈ ਆਮ ਬੰਦੇ ਦੀ ਇਹ ਠੀਕ ਇੱਕ ਕੁਝ ਲੋਕ ਐਸੇ ਨੇ ਜਿਨ੍ਹਾਂ ਨੂੰ ਇਹ ਉਪਰਾਲਾ ਕਰਨਾ ਪੈਂਦਾ ਵੱਡਾ ਕੰਮ ਕਰਨ ਲਈ ਛੋਟਿਆਂ ਨੂੰ ਪਾਸੇ ਕਰਨਾ ਪੈਂਦਾ ਪੱਕੀ ਗੱਲ ਭਾਈ ਗੁਰਦਾਸ ਜੀ ਵਰਗਿਆਂ ਨੂੰ ਉਹ ਥੋੜੇ ਨੇ ਲੋਕ ਸਾਰੇ ਨਹੀਂ ਉਸ ਤਰ੍ਹਾਂ ਦੇ ਹੋ ਸਕਦੇ ਭਾਈ ਗੁਰਦਾਸ ਜੀ ਵੱਲ ਵੇਖੋ ਗ੍ਰਸਤੀ ਨਹੀਂ ਘਰ ਪਰਿਵਾਰ ਨਹੀਂ ਬਣਾਇਆ ਜ਼ਰੂਰ ਕਿਸੇ ਨੇ ਪੁੱਛਿਆ ਹੋਵੇਗਾ ਜ਼ਰੂਰ ਕਿਸੇ ਨੇ ਕਿਹਾ ਹੋਵੇਗਾ ਅਸੀਂ ਕਈ ਵਾਰੀ ਇਹ ਤੇ ਬੜਾ ਜ਼ੋਰ ਦੇ ਕੇ ਕਹਿ ਦਿੰਨੇ ਆ ਵੇਖੋ 10 ਪਾਤਸ਼ਾਹਿਆਂ ਨੇ ਵੀ ਸ਼ਾਦੀ ਕਰਾਈ ਬੜੀ ਜ਼ਰੂਰੀ ਏ ਉਥੇ ਭਾਈ ਗੁਰਦਾਸ ਜੀ ਸਾਨੂੰ ਭੁੱਲ ਗਏ ਉਹਨਾਂ ਨੇ ਕਰਾਇ ਉਹ ਕੋਈ ਸੰਨਿਆਸੀ ਨਹੀਂ ਸਨ ਕਿ ਸੰन्यास धारण ਕੀਤਾ ਸੀ ਉਹਨਾਂ ਨੂੰ ਕਿਸੇ ਪੁੱਛਿਆ ਕਹਿਣ ਲੱਗੇ ਟਾਈਮ ਹੀ ਨਹੀਂ ਲੱਗਾ ਕੀ ਕਰੀ ਕੰਮ ਬੜਾ ਸੀ ਐਸੇ ਵੀ ਲੋਕ ਨੇ ਟਾਈਮ ਨਹੀਂ ਲੱਗਾ ਕੰਮ ਸੀ ਗੁਰੂ ਨਾਨਕ ਦੇ ਘਰ ਦਾ ਹੁਣ ਕਈ ਵਾਰੀ بڑے ਲੋਕ ਸਾਡੇ ਕਹਿੰਦੇ ਜੇ ਕਿਸੇ ਬੰਦੇ ਨੇ ਚਾਰ ਸਾਲ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਲਈ ਤੇ ਉੱਠ ਕੇ ਇਹ ਕਹਿਣਾ ਸ਼ੁਰੂ ਕਰ ਧਰਮ ਤੇ ਹੀ ਹੁੰਦਾ ਜੀ ਪਹਿਲਾਂ ਮਾਤਾ ਪਿਤਾ ਦੀ ਸੇਵਾ ਚੰਗੀ ਗੱਲ ਹੈ ਕਰਨੀ ਚਾਹੀਦੀ ਬੜੀ ਜ਼ਰੂਰੀ ਹੈ ਪਰ ਮੈਂ ਬੇਨਤੀ ਕਰਾਂ ਇਹਨੂੰ ਧਰਮ ਨਾ ਕਹਿਣਾ ਇਹ ਫਰਜ਼ ਹੈ ਸੰਸਾਰ ਦਾ ਧਰਮ ਹੋਰ ਚੀਜ਼ ਹੈ ਇਹ ਇੱਕ ਚੰਗੀ ਚੀਜ਼ੇ ਪਰ ਇਹਦਾ ਅਹੰਕਾਰ ਨਾ ਕਰਨਾ ਕੋਈ ਵੀ ਕੰਮ ਹੈ ਸੰਸਾਰ ਦਾ ਭਾਈ ਗੁਰਦਾਸ ਜੀ ਨੇ ਛੱਡਿਆ ਉਹ ਕੰਮ ਉਹਨਾਂ ਨੇ ਕਰਨਾ ਸੀ ਤੇ ਮੈਂ ਕਈ ਵਾਰੀ ਸੋਚਣਾ ਵੀ ਉਹਨਾਂ ਨੇ ਠੀਕ ਹੀ ਫੈਸਲਾ ਲੈ ਲਿਆ ਉਹਨਾਂ ਨੇ ਜਿਹੜਾ ਇਸ ਸਮੇਂ ਨੂੰ ਸਾਰੇ ਜੀਵਨ ਨੂੰ ਉਧਰ ਲਾ ਦਿੱਤਾ ਜੇ ਉਹ ਗ੍ਰਸਤੀ ਹੁੰਦੇ ਸਾਜ ਸੰਗਤ 500 ਦੇ ਕਰੀਬ ਕਵਿਤਾ ਲਿਖੇ ਨੇ ਉਹਨਾਂ ਨੇ ਇੰਨੇ ਹੀ ਵਾਰਾਂ ਦੇ ਵਿੱਚ ਪੌੜੀਆਂ ਇਸ ਤੋਂ ਵੀ ਜ਼ਿਆਦੀਆਂ ਕਿੰਨੀ ਮਿਹਨਤ ਕਈ ਸਾਲਾਂ ਦੀ ਉਹਨਾਂ ਨੇ ਲਿਖੇ ਨੇ ਆਪ ਸਿਰਜਣਾ ਕੀਤੀ ਸਾਦ ਸੰਗਤ ਸਾਡੇ ਤੋਂ ਸਾਰੇ ਪੜੇ ਵੀ ਨਹੀਂ ਜਾਂਦੇ ਹੋ ਕਿੰਨੀ ਮਿਹਨਤ ਹੋਵੇਗੀ ਤੇ ਜੇ ਭਾਈ ਗੁਰਦਾਸ ਜੀ ਗ੍ਰਸਤੀ ਹੁੰਦੇ ਇਧਰ ਉਹਨਾਂ ਨੇ ਕਵਿਤਾ ਸ਼ੁਰੂ ਕਰਨਾ ਸੀ ਇਧਰੋਂ ਪਿੱਛੋਂ ਆਵਾਜ਼ ਆਉਣੀ ਸੀ ਜੀ ਫੇਸ ਭਰ ਕੇ ਆਓ ਜੀ ਚੀਨੀ ਖਤਮ ਹੋ ਗਈ ਦਾਲ ਖਤਮ ਹੋ ਗਈ ਤੁਹਾਨੂੰ ਤੇ ਕੰਮ ਹੀ ਇਹ ਰਹਿੰਦਾ ਦਿਨ ਰਾਤ ਇਹ ਵੇਲੇ ਲੋਕ ਨੇ ਸਾਰੇ ਇਹਦੇ ਵਿੱਚੋਂ ਕੋਈ ਨਿਕਲਦਾ ਕੀ ਕਰਦੇ ਹੋ ਇਕੱਠੇ ਹੋ ਕੇ ਇਹ ਸਭ ਕੁਝ ਨਹੀਂ ਸੀ ਹੋਣਾ ਫਿਰ ਸਾਦ ਸੰਗਤ ਉਹ ਕੁਝ ਨਾ ਕੁਝ ਜ਼ਰੂਰ ਵਿੱਚ ਰਹਿ ਜਾਂਦਾ ਹੈ ਇਸ ਕਰਕੇ ਉਹਨਾਂ ਨੇ ਕਿਤੇ ਪਹਿਲਾਂ ਹੀ ਫੈਸਲਾ ਲੈ ਲਿਆ ਵੀ ਕੰਮ ਕਰਨਾ ਹੋਰ ਕੋਈ ਵਿਰੋਧ ਵਿੱਚ ਨਹੀਂ ਹੋ ਇਹ ਨੇ ਕਹਿੰਦੇ ਵੀ ਇਹ ਛੱਡੋ ਇਸ ਤਰ੍ਹਾਂ ਦੇ ਵੱਖਰੇ ਵੱਖਰੇ ਮੇਰੇ ਸਤਿਗੁਰਾਂ ਨੇ ਦੱਸਿਆ ਵੀ ਰੱਬ ਦੇ ਕਈ ਤਰ੍ਹਾਂ ਦੇ ਸੁਭਾਅ ਨੇ ਕਦੀ ਉਹ ਕਿਸੇ ਵਿੱਚ ਕਿਸ ਤਰ੍ਹਾਂ ਦਾ ਵਰਤਦਾ ਹੈ ਕਦੀ ਕਿਸੇ ਵਿੱਚ ਕਿਸ ਤਰ੍ਹਾਂ ਦਾ ਵਰਤਦਾ ਹੈ ਉਹਦੇ ਵਿੱਚ ਇਹ ਵੀ ਸੁਭਾਅ ਹੈ ਕਿ ਸਾਰਿਆਂ ਦੀ ਪਾਲਣਾ ਕਰਦਾ ਹੈ ਸਾਰਿਆਂ ਦੀ ਚਿੰਤਾ ਕਰਦਾ ਹੈ ਤੇ ਫਿਰ ਵੀ ਚਿੰਤਾ ਵਿੱਚ ਨਹੀਂ ਪੈਂਦਾ ਚਿੰਤ ਅਚਿੰਤਾ ਸੋਚ ਅਸੋਚਾ ਇਹ ਉਹਦਾ ਸੁਭਾਅ ਹੈ ਚਿੰਤਾ ਕਰਦੇ ਵੀ ਰਹਿਣਾ ਤੇ ਆਪ ਚਿੰਤਾ ਵਿੱਚ ਨਹੀਂ ਪੈਣਾ ਹੈ ਬੜਾ ਔਖਾ ਕਿਸੇ ਕਿਸੇ ਦੇ ਵਿੱਚ ਇਹ ਆਉਂਦਾ ਹੈ ਚਿੰਤਾ ਵੀ ਕਰਨੀ ਚਿੰਤਾ ਤੋਂ ਰਹਿਤ ਵੀ ਰਹਿਣਾ ਇਹ ਬੜੀ ਕਿਰਪਾ ਇਹ ਸੁਭਾਅ ਰੱਬ ਦਾ ਹੈ ਗੁਰੂ ਦਾ ਹੈ ਸੋਚਣਾ ਵੀ ਤੇ ਸੋਚ ਤੋਂ ਵੀ ਰਹਿਤ ਰਹਿਣਾ ਸੋਚ ਤੋਂ ਪ੍ਰਭਾਵੀ ਨਾ ਹੋਣਾ ਇਹਨੂੰ ਤੇ ਕਹਿੰਦੇ ਨੇ ਬੰਦਾ ਜੀਵਨ ਮੁਕਤ ਹੋ ਗਿਆ ਇਹਦੇ ਉੱਤੇ ਇਹਦੀ ਜ਼ਿੰਦਗੀ ਦੇ ਕਿਸੇ ਕਰਮ ਦਾ ਹੁਣ ਕੋਈ ਪ੍ਰੈਸ਼ਰ ਨਹੀਂ ਕੋਈ ਪ੍ਰਭਾਵ ਨਹੀਂ ਬਾਹਰੋਂ-ਬਾਹਰ ਖੇਡੀ ਜਾਂਦਾ ਹੈ ਅੰਦਰੋਂ ਅੰਦਰਲੇ ਪਾਸੇ ਖੇਡੀ ਜਾਂਦਾ ਹੈ ਇਹਦੀ ਜੀਵਨ ਦੀ ਗੇਮ ਜਿਹੜੀ ਡਬਲ ਹੋ ਗਈ ਦੋਵਾਂ ਪਾਸੇ ਖੇਡਦਾ ਇਧਰ ਸੰਸਾਰ ਵਿੱਚ ਖੇੜੀ ਜਾਂਦਾ ਹੈ ਇਧਰ ਦੂਸਰੇ ਪਾਸੇ ਨਿਰੰਕਾਰ ਦੇ ਘਰ ਵਿੱਚ ਉਧਰ ਜੁੜਿਆ ਹੋਇਆ ਤਾਂ ਇਸ ਤਰ੍ਹਾਂ ਦਾ ਇਹ ਸੁਭਾਅ ਨੇ ਸਾਧ ਸੰਗਤ ਮੈਂ ਜਿਹੜਾ ਵਿਸ਼ਾ ਥੋੜਾ ਜਿਹਾ ਤੁਹਾਡੇ ਨਾਲ ਅੱਗੇ ਲੰਮਾ ਖਿੱਚ ਕੇ ਲੈ ਗਿਆ ਉਹ ਇਹ ਸੀ ਸਿੱਖ ਹੈ ਜਿੱਥੋਂ ਸ਼ੁਰੂ ਕਰਨਿਆ ਸੀ ਸ਼ੁਰੂ ਕਰਨਿਆ ਉਦੋਂ ਸਾਡੇ ਵਿੱਚ ਆਪਣੇ ਸੁਭਾਅ ਨੇ ਤੇ ਦੂਸਰੇ ਪਾਸੇ ਮੰਜ਼ਲ ਹੈ ਜਿਹੜੀ ਸਾਨੂੰ ਮਰਿਆਦਾ ਦਿੱਤੀ ਸੱਚੇ ਪਾਤਸ਼ਾਹ ਜੀ ਵੀ ਇਹ ਕਰੋ ਤੇ ਮੰਜ਼ਲ ਉਹਦੇ ਤੋਂ ਪਹਿਲਾਂ ਨਾ ਸਮਝਣਾ ਜਿੱਦਨ ਸਿੱਖ ਗੁਰੂ ਵਰਗੈ ਨਾ ਹੋ ਜਾਏ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇ ਹ ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਿਛ ਨਾਹੀਂ ਭੁਲੇਖੇ ਹੀ ਪਵੇ ਤਾਂ ਸਵਾਦ ਆਉਂਦਾ ਹੈ ਬਿਲਕੁਲ ਉਸੇ ਤਰ੍ਹਾਂ ਦਾ ਇਸ ਕਰਕੇ ਸਾਧ ਸੰਗਤ ਇੱਕ ਸਿੱਖੀ ਸਿੱਖੀ ਜਾਂਦੀ ਏ ਗੱਲਾਂ ਸੁਣ ਕੇ ਸਮਝੀ ਜਾਂਦੀ ਏ ਇੱਕ ਜਦੋਂ ਸਿੱਖ ਗੁਰੂ ਦੇ ਘਰ ਵਿੱਚ ਹੁਕਮ ਮੰਨਦਿਆਂ ਮੰਨਦਿਆਂ ਜਨਮ ਲੈ ਲੈਂਦਾ ਨਾ ਤੇ ਉਹਨੂੰ ਸਿਖਾਉਣਾ ਨਹੀਂ ਪੈਂਦਾ ਉਹ ਅੰਦਰੋਂ ਹੀ ਉਹਦੇ ਗੁਰੂ ਵਾਲਾ ਸੁਭਾਅ ਪ੍ਰਗਟ ਹੋ ਜਾਂਦਾ ਆ ਤੁਸੀਂ ਕਈ ਵਾਰੀ ਵੇਖੋਗੇ ਨਾ ਵੀ ਇੱਕ ਪਿਤਾ ਹੈ ਤੇ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਅਸੀਂ ਕਈ ਵਾਰੀ ਕਹਿੰਨੇ ਆ ਇਹਦਾ ਸੁਭਾਅ ਇਹਦੇ ਪਿਤਾ ਤੇ ਗਿਆ ਹੈ ਇਹਦੇ ਬਾਪ ਤੇ ਗਿਆ ਹੈ ਜਾਂ ਅਸੀਂ ਕਹਿੰਨੇ ਆ ਇਹਦਾ ਸੁਭਾਅ ਇਹਦੀ ਮਾਤਾ ਤੇ ਗਿਆ ਹੈ ਹੁਣ ਦੱਸੋ ਭਈ ਉਸ ਨੂੰ ਸਿਖਾਇਆ ਨਹੀਂ ਪਿਤਾ ਨੇ ਵੀ ਇਸ ਤਰ੍ਹਾਂ ਕਰੀਦਾ ਹੈ ਸੁਭਾਅ ਸਿਖਾਏ ਨਹੀਂ ਜਾਂਦੇ ਸੁਭਾਅ ਅੰਦਰੋਂ ਉੱਗਦੇ ਨੇ ਅੰਦਰੋਂ ਪੈਦਾ ਹੁੰਦੇ ਨੇ ਪਿਤਾ ਵਰਗਾ ਸੁਭਾਅ ਹੋ ਗਿਆ ਪਿਤਾ ਤੇ ਗਿਆ ਅਸੀਂ ਕਹਿੰਦੇ ਹਾਂ ਪਿਤਾ ਬੜਾ ਚੰਗਾ ਹੈ ਚਲੋ ਪੁੱਤਰ ਉਹਦੇ ਵਰਗਾ ਹੈ ਉਹਦੇ ਵਰਗਾ ਹੋ ਗਿਆ ਪਿਤਾ ਵਿੱਚੋਂ ਪੈਦਾ ਹੋਇਆ ਹੈ ਸਾਦ ਸੰਗਤ ਅਸਲੀ ਸਿੱਖੀ ਤੇ ਪੈਦਾ ਹੀ ਉਦਣ ਬਣਦੀ ਉਦਣ ਹੈ ਜਿੱਦਣ ਸਿੱਖ ਗੁਰੂ ਦਾ ਹੁਕਮ ਮੰਨੇ ਜਾਏ ਗੁਰੂ ਦੇ ਹੁਕਮ ਵਿੱਚ ਤੁਰਦਾ ਰਹੇ ਤੁਰਦਾ ਰਹੇ ਤੇ ਇੱਕ ਦਿਨ ਉਹਦਾ ਜਨਮ ਹੋ ਜਾਏ ਗੁਰੂ ਨਾਨਕ ਕਲਗੀਆਂ ਵਾਲੇ ਦੇ ਘਰ ਵਿੱਚ ਫਿਰ ਉਹਨੂੰ ਗਿਆਨ ਬਾਹਰੋਂ ਨਹੀਂ ਸਿੱਖਣਾ ਪੈਂਦਾ ਕਿਉਂਕਿ ਉਹਦਾ ਸੁਭਾਅ ਆਪਣੇ ਗੁਰੂ ਤੇ ਚਲਾ ਗਿਆ। ਉਹਦੇ ਵਰਗੇ ਦਿਸਣ ਲੱਗ ਪਿਆ ਆਮ ਹੀ ਅਸੀਂ ਇਸ ਸਮਾਜ ਵਿੱਚ ਵਰਤਨੇ ਆਂ ਫਲਾਣੇ ਦਾ ਲੜਕਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਐ। ਸਿੱਖ ਹੋਵੇ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਦਾ ਉਹਦੇ ਵਰਗੀਆਂ ਆਦਤਾਂ ਕਿਉਂ ਨਾ ਹੋਣ? ਉਹਦੇ ਵਰਗਾ ਸੁਭਾਅ ਕਿਉਂ ਨਾ ਹੋਵੇ? ਉਹ ਸਾਧ ਸੰਗਤ ਭੇਡ ਨਹੀਂ ਬਣਦਾ ਫਿਰ। ਉਦਾ ਸੁਭਾਅ ਉਹਦੇ ਗੁਰੂ ਤੇ ਗਿਆ ਇਸ ਕਰਕੇ ਇਸ ਵਿਸ਼ੇ ਨੂੰ ਆਪਾਂ ਇਸ ਥਾਂ ਤੇ ਹੀ ਸਮਝਣ ਦਾ ਯਤਨ ਕਰਾਂਗੇ ਕਿ ਇੱਕ ਮੰਜ਼ਲ ਹੈ ਤੇ ਇੱਕ ਮਾਰਗ ਹੈ ਪਾਠ ਕਰਨਾ ਗੁਰਦੁਆਰੇ ਆਉਣਾ ਸੇਵਾ ਕਰਨੀ ਮੰਜ਼ਲ ਹੈ ਮੰਜ਼ਲ ਨਹੀਂ ਮਾਰਗ ਹੈ ਮਾਰਗ ਤੇ ਜਾ ਰਹੇ ਹਾਂ ਤੇ ਮੰਜ਼ਲ ਉਦੋਂ ਆਉਣੀ ਹੈ ਜਿੱਦਣ ਉਸ ਤਰ੍ਹਾਂ ਦੇ ਸੁਭਾਅ ਬਣ ਗਏ ਤੇ ਵਿਸ਼ਾ ਮੈਂ ਲੈ ਰਿਹਾ ਸੀ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਹੈ ਗੌਰ ਕਬਰ ਤੇ ਸਿੱਖ ਗੁਰੂ ਆਪਣੇ ਸਿੱਖ ਨੂੰ ਆਪਣੇ ਵਰਗਾ ਕਰ ਲੈਂਦਾ ਬਿਲਕੁਲ ਉਹਦੇ ਵਰਗਾ ਹੀ ਬਣਾ ਲੈਂਦਾ ਛੱਡਦਾ ਨਹੀਂ ਉਹਨਾਂ ਚਿਰ ਉਹਨਾਂ ਚਿਰ ਨੂੰ ਚੋਟਾਂ ਹੀ ਮਾਰੀ ਜਾਂਦਾ ਉਹਨਾਂ ਚਿਰ ਨੂੰ ਭਾਵੇਂ ਕਿਵੇਂ ਕਰੇ ਦੁੱਖ ਦੇ ਕੇ ਸੁਖ ਦੇ ਜੋ ਵੀ ਕਰੇ ਉਹਨਾਂ ਚਿਰ ਉਹਨੂੰ ਨਹੀਂ ਬਖਸ਼ਦਾ ਜਿੰਨਾ ਚਿਰ ਆਪਣੇ ਵਰਗਾ ਨਹੀਂ ਬਣਾ ਲੈਂਦਾ ਇਸ ਕਰਕੇ ਜਿੱਦਣ ਆਪਣੇ ਵਰਗਾ ਬਣਾਇਆ ਉਸ ਦਿਨ ਮੰਜ਼ਲ ਆ ਗਈ ਇਹ ਗੁਣ ਹੈ ਗੁਰੂ ਦਾ ਇਹ ਗੁਣ ਹੈ ਗੁਰਬਾਣੀ ਦਾ ਗੁਰਬਾਣੀ ਦੇ ਵਿੱਚ ਜਿੰਨੇ ਮਨ ਜੋੜਿਆ ਸਹਿਜੇ ਸਹਿਜੇ ਉਹਦੀ ਵਰਗੀ ਹੁੰਦਾ ਗਿਆ ਜੀਵਨ ਤੇ ਦੂਜਾ ਗੁਣ ਹੈ ਸਿੱਖ ਦਾ ਕੱਲੇ ਗੁਰੂ ਦਾ ਨਹੀਂ ਇਹ ਵੀ ਖਿਆਲ ਰੱਖਣਾ ਖੇਡ ਤਾਂ ਖੇਡੀ ਜਾਏਗੀ ਕੁਸ਼ਤੀ ਤਾਂ ਹੋਵੇਗੀ ਪਹਿਲਵਣ ਦੋ ਨੇ ਇੱਕ ਨਹੀਂ ਕਿਵੇਂ ਚੱਲੇਗਾ ਇਸ ਤਰ੍ਹਾਂ ਇਕੱਲੇ ਗੁਰੂ ਵੱਲੋਂ ਜੇ ਗੁਰੂ ਦਾ ਸੁਭਾਅ ਕਬਰ ਵਾਲਾ ਹੈ ਕਿ ਉਹ ਸਿੱਖ ਨੂੰ ਆਪਣੇ ਵਰਗਾ ਕਰਦੀ ਮਿੱਟੀ ਬਣਾ ਲੈਂਦੀ ਹੈ ਮੁਰਦੇ ਨੂੰ ਤੇ ਦੂਜੇ ਪਾਸੇ ਸਿੱਖ ਦਾ ਸੁਭਾਅ ਵੀ ਮੁਰਦੇ ਵਰਗਾ ਹੋਣਾ ਚਾਹੀਦਾ ਹੈ ਸਿੱਖ ਗੁਰੂ ਕੋਲ ਇਸ ਤਰ੍ਹਾਂ ਜਾਏ ਜਿਵੇਂ ਮੁਰਦਾ ਕਬਰ ਵਿੱਚ ਜਾਂਦਾ ਹੈ ਹੁਣ ਕੋਈ ਹਿਲਜੁਲ ਨਹੀਂ ਹੈ ਜਿੱਥੇ ਸਿੱਟਿਆ ਉੱਥੇ ਪਿਆ ਹੈ ਉੱਥੇ ਡਿੱਗਾ ਹੋਇਆ ਹੈ ਉਹਦਾ ਹੱਥ ਪੈਰ ਵੀ ਨਹੀਂ ਹਲਦਾ ਨਾ ਉਸ ਨੂੰ ਇਹ ਫਿਕਰ ਹੁਣ ਕਿ ਕੋਈ ਨਾ ਮੈਨੂੰ ਦੇਖੇ ਨਾ ਕਿਤੇ ਨਾ ਉਸਤਤ ਨਾ ਨਿੰਦਿਆ ਨਾ ਠੰਡ ਨਾ ਗਰਮੀ ਕੁਝ ਵੀ ਨਹੀਂ ਸੇਵਕ ਬਣਦਾ ਕੋਈ ਵੀ ਉਹਦੇ ਜੀਵਨ ਦੀ ਕੋਈ ਮੰਗ ਨਹੀਂ ਕੋਈ ਚੁਆਇਸ ਨਹੀਂ ਕੋਈ ਇੱਛਾ ਨਹੀਂ ਬਸ ਵਿੱਚ ਪੈ ਗਿਆ ਡਿੱਗਾ ਹੋਇਆ ਠੰਡ ਗਰਮੀ ਸਰੀਰ ਤੇ ਸਹਾਰੀ ਜਾਂਦਾ ਹੈ ਕੋਈ ਪਰਵਾਹ ਨਹੀਂ ਪਤਾ ਨਹੀਂ ਠੰਡ ਕਦੋਂ ਆਈ ਗਰਮੀ ਕਦੋਂ ਆਈ ਇਸ ਤਰ੍ਹਾਂ ਹੈ ਉਹ ਤੇ ਜਿਸ ਦਿਨ ਸਿੱਖ ਇਸ ਤਰ੍ਹਾਂ ਗੁਰੂ ਕੋਲ ਆਪਣਾ ਆਪ ਸਮਰਪਿਤ ਕਰ ਦਿੰਦਾ ਹੈ ਉਹਦੀ ਕੋਈ ਮਨਮਰਜ਼ੀ ਨਹੀਂ ਬਚਦੀ ਉਹਦੀ ਕੋਈ ਹੋਂਦ ਨਹੀਂ ਰਹਿੰਦੀ ਅਗਲੀ ਘਟਨਾ ਸਾਧ ਸੰਗਤ ਤਾਂ ਵਰਤਦੀ ਏ ਤੁਸੀਂ ਕਦੀ ਵੇਖਿਆ ਵੀ ਜਿਉਂਦਾ ਬੰਦਾ ਕਬਰ ਵਿੱਚ ਪਿਆ ਹੋਵੇ ਜਿਉਂਦਾ ਬੰਦਾ ਕਬਰ ਦਾ ਸਾਥੀ ਕਿਵੇਂ ਬਣੇਗਾ ਉਹਨੂੰ ਜੇ ਲੱਤ ਪੈਰ ਜੋੜ ਕੇ ਅੰਦਰ ਸਿੱਟ ਵੀ ਦਿਓ ਤੇ ਕੀ ਕਰੇਗਾ ਕਬਰ ਨੂੰ ਤੋੜ ਕੇ ਨਿਕਲ ਜਾਏਗਾ ਭੱਜ ਜਾਏਗਾ ਉਹਦੇ ਵਿੱਚ ਕਬਰ ਨਾਲ ਸਬੰਧ ਜੋੜਨ ਵਾਲੇ ਗੁਣ ਹੀ ਨਹੀਂ ਹਨ ਜਿਹੜਾ ਆਦਮੀ ਅਜੇ ਆਪਣੇ ਮਨ ਨੂੰ ਜਿਉਂਦਾ ਰੱਖਣਾ ਚਾਹੁੰਦਾ ਹੈ ਆਪਣੇ ਹੰਕਾਰ ਨੂੰ ਜਿਉਂਦਾ ਰੱਖਣਾ ਚਾਹੁੰਦਾ ਹੈ ਉਹਦਾ ਗੁਰੂ ਨਾਲ ਕੋਈ ਸੰਪਰਕ ਨਹੀਂ ਹੋ ਸਕਦਾ ਜਿਵੇਂ ਮੁਰਦੇ ਤੋਂ ਬਿਨਾਂ ਕਬਰ ਨਾਲ ਸਬੰਧ ਨਹੀਂ ਹੋ ਸਕਦਾ ਹਿਲਦੇ ਜੁਲਦੇ ਆਦਮੀ ਦਾ ਇਸ ਕਰਕੇ ਜਿਨ੍ਹਾਂ ਹੰਕਾਰ ਨੂੰ ਮੁਰਦਾ ਕਰ ਦਿੱਤਾ ਖਤਮ ਕਰ ਦਿੱਤਾ ਉਹ ਪ੍ਰਵਾਨ ਹੋਏ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਵਿੱਚ ਇੱਕ ਗੁਰਸਿੱਖ ਆਉਂਦਾ ਹੈ ਬਿਲਕੁਲ ਇਸੇ ਤਰ੍ਹਾਂ ਦਾ ਜਿਵੇਂ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ ਗੁਰੂ ਕੋਲ ਆਇਆ ਤੇ ਪਹਿਲਾ ਫਰਜ਼ ਉਹਨੇ ਪੂਰਾ ਕਰ ਦਿੱਤਾ ਪਹਿਲਾ ਫਰਜ਼ ਦੋ ਨੇ ਕੰਮ ਸਿੱਖ ਵਾਲਾ ਫਰਜ਼ ਉਸ ਸਿੱਖ ਨੇ ਪੂਰਾ ਕਰ ਦਿੱਤਾ ਉਹ ਫਰਜ਼ ਕਿਹੜਾ ਸੀ ਕਿ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੀਵਾਨ ਸੱਜਦਾ ਓਥੇ ਸਾਦ ਸੰਗਤ ਮਿੱਟੀ ਹੈ ਰੇਤਲੀ ਦਿਨ ਨੇ ਗਰਮੀ ਦੇ ਤਪਸ਼ ਪੈਂਦੀ ਏ ਤੇ ਉਸ ਸਿੱਖ ਨੇ ਵੇਖਿਆ ਵੀ ਇੱਥੇ ਗੁਰਸੇਖ ਆ ਕੇ ਬੰਦੇ ਸੰਗਤ ਬੈਠਦੀ ਕੀਰਤਨ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਤਖਤ ਤੇ ਬਿਰਾਜਮਾਨ ਹੁੰਦੇ ਨੇ ਕਿਉਂ ਨਾ ਇਸ ਥਾਂ ਨੂੰ ਮੈਂ ਠੰਡਾ ਕਰ ਦੇਵਾਂ ਸਵੇਰੇ ਉਠਣਾ ਅੰਮ੍ਰਿਤ ਵੇਲੇ ਘੜਾ ਚੁੱਕ ਲੈਣਾ ਸਿਰ ਤੇ ਪਾਣੀ ਨਹੀਂ ਸੀ ਲੱਭਦਾ ਉਸ ਇਲਾਕੇ ਵਿੱਚ ਥਾਂ ਥਾਂ ਤੋਂ ਪਾਣੀ ਲੱਭਣਾ ਲਿਆਉਣਾ ਤੇ ਛਿੜਕਦੇ ਰਹਿਣਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਰਹਿੰਦੇ ਸਨ ਉਹਦਾ ਆਲਾ ਦਵਾਲਾ ਜਦੋਂ ਹਜ਼ੂਰ ਨੇ ਦੀਵਾਨ ਵਿੱਚ ਆਉਣਾ ਤੇ ਆਉਂਦਿਆਂ ਨੂੰ ਉਸ ਇਲਾਕੇ ਵਿੱਚ ਜਦੋਂ ਨਿਕਲਣਾ ਤੇ ਇੰਜ ਲੱਗਣਾ ਜਿਵੇਂ ਮੀਂਹ ਪਿਆ ਹੁੰਦਾ ਹੈ ਜਿਵੇਂ بارش ਹੋਈ ਹੁੰਦੀ ਹੈ ਇੱਕ ਦਿਨ ਸਤਿਗੁਰੂ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਤੇ ਉਹਨਾਂ ਨੇ ਲੰਘਦਿਆਂ ਲੰਘਦਿਆਂ ਨਾਲ ਦੇ ਕੋ ਸਿੱਖਾਂ ਨੂੰ ਇੱਕ ਸਵਾਲ ਕੀਤਾ ਕਹਿਣ ਲੱਗੇ ਬੱਦਲ ਆਕਾਸ਼ ਵਿੱਚ ਕੋਈ ਨਹੀਂ ਮੈਂ ਕਿਵੇਂ ਪੈ ਗਿਆ بارش ਤੇ ਕਿਤੇ ਹੋਈ ਦਿਸਦੀ ਨਹੀਂ ਇੱਥੇ ਇੰਜ ਲੱਗਦਾ ਜਿਵੇਂ بارش ਹੋ ਗਈ ਕੀ ਗੱਲ ਬਣ ਗਈ ਕੌਣ ਹੈ ਧਿਆਨ ਦਿਓ ਇਹ ਮੀ ਕਿਵੇਂ ਪਿਆ ਹੈ ਤੇ ਇੱਕ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਮੀ ਨਹੀਂ ਪਿਆ ਇਹ ਤੁਹਾਡਾ ਇੱਕ ਸੇਵਕ ਹੈ ਉਹ ਸਵੇਰੇ ਉੱਠਦਾ ਜਿਉਂ ਪਾਣੀ ਦੀ ਕਰਨ ਲੱਗਦਾ ਸੇਵਾ ਪਾਣੀ ਛਿੜਕ ਛਿੜਕ ਕੇ ਇਸ ਤਰ੍ਹਾਂ ਮਿੱਟੀ ਬਿਠਾ ਦਿੰਦਾ ਇਸ ਤਰ੍ਹਾਂ ਏਨੀ ਸੇਵਾ ਕਰਦਾ ਹੈ ਸਤਿਗੁਰੂ ਬੜੇ ਖੁਸ਼ ਹੋਏ ਕਹਿਣ ਲੱਗੇ ਮਿਲਾਓ ਕਿੱਥੇ ਹੈ ਬੁਲਾ ਕੇ ਲਿਆਂਦਾ ਇਤਿਹਾਸਕਾਰਾਂ ਨੇ ਉਹਦਾ ਨਾਮ ਭਾਵੇਂ ਹੋਰ ਵੀ ਕੁਝ ਕਿਹਾ ਪਰ ਭਾਈ ਮੀਹਾ ਪ੍ਰਚਲਿਤ ਹੋਇਆ ਜਦੋਂ ਆਇਆ ਨਮਸਕਾਰ ਕੀਤੀ ਹਜੂਰ ਕਹਿੰਦੇ ਬਈ ਇਹ ਬਹੁਤ ਵੱਡੀ ਤੂੰ ਇਹ ਪਾਣੀ ਕਿੱਥੋਂ ਲਿਆਉਣਾ ਹੈ ਕਹਿ ਲੱਗੇ ਮਹਾਰਾਜ ਇਹ ਛੋਟਾ ਜਿਹਾ ਯਤਨ ਹੈ ਤੁਸੀਂ ਜਿੱਥੋਂ ਲੰਘਦੇ ਹੋ ਚਾਰ ਬੂੰਦਾ ਡਿੱਗੀਆਂ ਹੋਣ ਕਿਤੇ ਮੇਰੀ ਵੀ ਜ਼ਿੰਦਗੀ ਵਿੱਚ ਠੰਡ ਪੈ ਜਾਏਗੀ ਅੱਜ ਕੱਲ੍ਹ ਕਈ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਾਣੀ ਛਿੜਕਣ ਨੂੰ ਵੀ ਮਨਮਤ ਕਹਿਣ ਲੱਗ ਪਏ। ਉਹ ਕਹਿੰਦੇ ਇਹ ਮਨ ਦੀ ਮਤ ਹੈ, ਗੁਰੂ ਦੀ ਸੇਵਾ ਕਦੀ ਮਨ ਦੀ ਮਤ ਹੁੰਦੀ ਹੈ? ਖਿਆਲ ਰੱਖਣਾ। ਵੈਸੇ ਮੈਂ ਬਹੁਤਾ ਨਾ ਕਵਾਂ ਇਸ ਤਰ੍ਹਾਂ ਦੇ ਲੋਕ ਵੀ ਸੁਣਦੇ ਨੇ ਬੜੀ ਬੜੀ ਦੂਰ। ਉਹ ਛੋਟੀ ਜੀ ਗੱਲ ਸੁਣਨ ਤੋਂ ਬਾਅਦ ਛੱਡ ਜਾਂਦੇ ਨੇ ਪਰ ਪੂਰਾ ਸੁਣਨਾ, ਖਿਆਲ ਰੱਖਣਾ। ਇੱਕ ਖਿਆਲ ਰੱਖਿਏ ਗੁਰੂ ਨੂੰ ਕਾਦੀ ਲੋੜ ਗੁਰੂ ਨੂੰ ਕੋਈ ਜ਼ਰੂਰਤ ਨਹੀਂ ਨਾ ਉਹਨੂੰ ਅੱਗੇ ਪਾਣੀ ਛਿੜਕਾਉਣ ਦੀ ਜ਼ਰੂਰਤ ਹੈ ਪਰ ਜੇ ਕੋਈ ਪਿਆਰ ਨਾਲ ਗੁਰੂ ਅੱਗੇ ਪਾਣੀ ਛਿੜਕੇਗਾ ਨਾ ਸਾਧ ਸੰਗਤ ਕੋਈ ਫੁੱਲ ਬਖੇਰਦਾ ਹੈਗਾ ਤੇ ਮਨਮਤ ਨਹੀਂ ਹੋ ਉਹਦੇ ਨਾਲ ਭਾਵਨਾ ਵੱਧਦੀ ਹੈ ਇੱਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪੁੱਛਦੇ ਨੇ ਜੀ ਇਹਦਾ ਵਿਗਿਆਨ ਦੱਸੋ ਕੀ ਹੈ ਵਿਗਿਆਨ ਠੀਕ ਇਹ ਹੁੰਦਾ ਕੁਝ ਕੁਝ ਚੀਜ਼ਾਂ ਸਮਝ ਨਾਲ ਸੰਬੰਧਿਤ ਨੇ ਇਹਦਾ ਵੀ ਵਿਗਿਆਨ ਹੈ ਹੋਰ ਕੁਝ ਵੀ ਨਾ ਹੋਵੇ ਤੁਸੀਂ ਪਾਣੀ ਲੈ ਕੇ ਤੁਰੋ ਗੁਰੂ ਗ੍ਰੰਥ ਸਾਹਿਬ ਜੀ ਜਾ ਰਹੇ ਨੇ ਇੱਕ ਜਣਾ ਛਤਰ ਲੈ ਕੇ ਤੁਰਦਾ ਇੱਕ ਫੁੱਲ ਲੈ ਕੇ ਖੜਾ ਜਿੱਥੋਂ ਲੰਘਣਾ ਗਲੀ ਸਾਫ਼ ਹੋ ਰਹੀ ਤਾਂ ਇਸ ਸਾਰੇ ਕੁਝ ਨੂੰ ਵੇਖ ਕੇ ਨਾ ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ ਇਹ ਕਿ ਦੇ ਵਾਸਤੇ ਕਰ ਰਹੇ ਉਹਨਾਂ ਦਾ ਇੱਕ ਕੇਂਦਰ ਬਣੇਗਾ ਸ਼ਰਦਾ ਦਾ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਜੇ ਸਾਧ ਸੰਗਤ ਅਸੀਂ ਗਿਆਨ ਦੀ ਇੱਕ ਮੈਂ ਕਹਾਂ ਵੀ ਤਪਸ਼ ਦੇ ਵਿੱਚ ਤਪਦੇ ਤਪਦੇ ਅਸੀਂ ਇਹ ਸਾਰਾ ਕੁਝ ਤਿਆਗ ਹੀ ਦਿੱਤਾ ਵੀ ਇਹ ਦਾਤੇ ਕੋਈ ਅਰਥ ਹੀ ਨਹੀਂ ਨਿਕਲਦਾ ਜੀ ਕੋਈ ਵਿਗਿਆਨ ਇਹਨੇ ਹੁਣ ਕੀ ਲੋੜ ਹੁਣ ਕਿਹੜਾ ਮਿੱਟੀ ਉੱਡਦੀ ਹੁਣ ਤੇ ਫਰਸ਼ ਪੈ ਗਿਆ ਪਰਿਸ਼ਦੀ ਗੱਲ ਨੇ ਗੁਰੂ ਨੂੰ ਕੋਈ ਲੋੜ ਨਹੀਂ ਨਾ ਪਾਣੀ ਦੀ ਨਾ ਚਵਰ ਦੀ ਨਾ ਤਖਤ ਦੀ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜੀ ਨੂੰ ਪੱਕੀ ਤਾਕੀਦ ਕੀਤੀ ਕਹਿੰਦੇ ਤਖਤ ਤੇ ਬਹਿਣਾ ਤੇ ਸਿਰ ਤੇ ਚੌਰ ਵੀ ਝੁੱਲਣਾ ਚਾਹੀਦਾ ਤੇ ਚੰਦੋਆ ਵੀ ਲੱਗਣਾ ਚਾਹੀਦਾ ਸ਼ਾਇਦ ਉਹਨਾਂ ਨੇ ਵੀ ਬੇਨਤੀ ਕੀਤੀ ਹੋਵੇ ਮਹਾਰਾਜ ਇਹ ਤੁਸੀਂ ਕਦੀ ਕਦੀ ਲਵਾਉਂਦੇ ਰਹੋ ਮੇਰਾ ਮਨ ਹੈ ਕਿ ਮੈਂ ਤੁਹਾਡੀ ਬਰਾਬਰਤਾ ਨਾ ਕਰਾਂ ਰਹਿਣ ਦਈਏ ਸਤਗੁਰਾਂ ਨੇ ਕਿਹਾ ਲੈਣਿਆ ਸਾਨੂੰ ਕੋਈ ਨਹੀਂ ਫਰਕ ਪੈਣਾ ਛਤਰ ਲੱਗਦਾ ਨਾ ਲੱਗਦਾ ਨਾ ਤੈਨੂੰ ਪਹਿਣਾ ਕੋਈ ਪਰ ਸੰਸਾਰ ਮੰਨਦਾ ਤਾਂ ਜੇ ਥੋੜਾ ਜਿਹਾ ਕੁਝ ਨਾ ਕੁਝ ਕਰੋ ਬਾਹਰ ਉਹ ਵੇਖਣਗੇ ਜੀ ਛਤਰ ਲੱਗਾ ਹੋਇਆ ਇਹ ਹੈ ਉਹ ਹੈ ਜੇਕ ਆਮ ਬੰਦਾ ਸਾਦ ਸੰਗਤ ਮੋਢੇ ਤੇ ਪਰਨਾ ਰੱਖ ਕੇ ਆ ਜਾਏ ਕੋਈ ਨਹੀਂ ਕਵੇਗਾ ਕੌਣ ਹੈ ਉਹਦੇ ਅੱਗੇ ਦੋ ਬੰਦੇ ਅੱਗੇ ਹੋਣ ਜੀ ਚਾਰ ਪਿੱਛੇ ਹੋਣ ਪਰੇ ਹੋ ਜੋ ਜੀ ਪਰੇ ਹੋ ਜੋ ਮੈਂ ਕਹੀ ਥਾਵਾਂ ਤੇ ਵੇਖਣਾ ਵੀ ਹਾਂ ਇੱਕ ਦਿਨ ਕੋਈ ਵੱਡੇ ਆਦਮੀ ਹੋ ਰਹੇ ਆ ਰਹੇ ਸੰਤ ਉਹ ਜਿਹੜੇ ਅੱਗੇ ਦੋ ਚਾਰ ਕਹਿੰਦੇ ਪਰੇ ਹੋ ਜੋ ਪਰੇ ਹੋ ਜੋ ਮੈਂ ਕਿਹਾ ਕਹਿਣਾ ਕਿਨੂੰ ਅੱਗੇ ਤਾਂ ਹੈ ਹੀ ਕੋਈ ਨਹੀਂ ਕਿਨੂੰ ਕਹਿ ਰਹੇ ਹੋ ਪਰੇ ਹੋ ਜੋ ਪਰੋ ਨਾ ਦੀ ਡਿਊਟੀ ਹੈ ਇਹ ਚੀਜ਼ਾਂ ਨਾਲ ਸ਼ਰਧਾ ਬਣਦੀ ਹੈ ਆਮ ਬੰਦੇ ਦੀ ਇਸ ਲਈ ਪਾਣੀ ਛਿੜਕਣਾ ਮਨਮਤ ਨਹੀਂ ਉਹਨਾਂ ਨੇ ਛਿੜਕਿਆ ਪਾਣੀ ਮਿੱਟੀ ਬਿਠਾਈ ਸਤਿਗੁਰਾਂ ਨੇ ਮੈਂ ਬੇਨਤੀ ਕਰ ਰਿਹਾ ਸੀ ਉਹਨਾਂ ਨੂੰ ਨਾ ਭੁੱਖ ਦੀ ਭਾਈ ਮਿਹਨ ਨੂੰ ਨਾ ਪਿਆਸ ਦੀ ਦਿਨ ਰਾਤ ਇੱਕ ਕਰ ਦਿੱਤਾ ਉਸ ਕੰਮ ਤੇ ਸਤਿਗੁਰੂ ਖੁਸ਼ ਹੋ ਗਏ ਤੇ ਫਿਰ ਇਸ ਖੁਸ਼ੀ ਦੇ ਵਿੱਚ ਇੱਕ ਪਿਆਰ ਦੀ ਕਿਰਨ ਇੱਕ ਪਿਆਰ ਦੀ ਬਾਰਿਸ਼ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਉਸ ਸਿੱਖ ਤੇ ਹੋਈ ਹਜ਼ੂਰ ਨੇ ਕਿਹਾ ਤੂੰ ਤੇ ਸਿੱਖਾ ਮੀਂ ਪਵਾ ਦਿੱਤਾ ਹੈ ਤੇਰਾ ਤੇ ਨਾਮ ਹੀ ਭਾਈ ਮੀਹਾ ਹੈ ਕੋਲ ਬੁਲਾਇਆ ਤੇ ਫਿਰ ਇੱਕ ਨਗਾਰਾ ਇੱਕ ਬਲਦ ਦਿੱਤਾ ਭਾਈ ਮਿਹਨ ਉਹ ਪੁੱਛਦਾ ਮਹਾਰਾਜ ਇਹਦਾ ਕੀ ਕਰਾਂ ਕਿਉਂਕਿ ਪਹਿਲਾਂ ਅਸਵਾਰੀ ਹੁੰਦੀ ਸੀ ਬਲਦਾਂ ਤੇ ਪਹਿਲੇ ਸਮੇਂ ਦੇ ਵਿੱਚ ਵਪਾਰ ਵੀ ਕੀਤਾ ਜਾਂਦਾ ਸੀ ਬਲਦਾਂ ਦੇ ਉੱਤੇ ਨਾ ਉਦੋਂ ਗੱਡੇ ਸਨ ਇਹ ਉਹ ਵਕਤ ਜਦੋਂ ਕਾਫਲੇ ਤੁਰਦੇ ਸਨ ਛੱਟਾਂ ਪਾ ਕੇ ਗੱਡਿਆਂ ਦੇ ਉੱਤੇ ਬਲਦਾਂ ਦੇ ਉੱਤੇ ਬਲਦ ਦਿੱਤਾ ਇੱਕ ਚੰਗੀ نسل ਦਾ ਇੱਕ ਨਗਾਰਾ ਦਿੱਤਾ ਮਹਾਰਾਜੇ ਦਾ ਕੀ ਕਰਾਂ ਕਹਿਣ ਲੱਗੇ ਜਾਓ ਦੂਰ ਦਰਾਜ ਦੇ ਇਲਾਕਿਆਂ ਵਿੱਚ ਹੁਣ ਤੂੰ ਸਿੱਖੀ ਦਾ ਪ੍ਰਚਾਰ ਕਰ ਕਹਿਣ ਲੱਗੇ ਪ੍ਰਚਾਰ ਕਰਾਂ ਮੈਂ ਤੇ ਜਦੋਂ ਦੀਵਾਨ ਵਿੱਚ ਜਾਣਾ ਉਦੋਂ ਸਿੱਧਾ ਸਾਹਮਣੇ ਅੱਗੇ ਵੀ ਨਹੀਂ ਗਿਆ ਪਿੱਛੋਂ ਹੀ ਥੋੜਾ ਜਿਹਾ ਮੱਥਾ ਜੱਟੇ ਕੇ ਗੁੱਠੇ ਲੱਜੇਦਾ ਮੈਂ ਤੇ ਅੱਗੇ ਗਿਆ ਨਹੀਂ ਕਹਿਣ ਲੱਗੇ ਤੂੰ ਗੱਲ ਛੱਡ ਬਈ ਤੂੰ ਅੱਗੇ ਗਿਆ ਹੈ ਕਿ ਪਿੱਛੇ ਗਿਆ ਹੈ ਇਹ ਕੰਮ ਤੇਰਾ ਨਹੀਂ ਜੋ ਤੈਨੂੰ ਕਹਿ ਤੂੰ ਚੱਲ ਕਹਿਣ ਲੱਗੇ ਮੈਂ ਪੜਿਆ ਵੀ ਨਹੀਂ ਕਹਿੰਦੇ ਇਹ ਵੀ ਕੋਈ ਕਹਾਣੀ ਨਹੀਂ ਬਹੁਤ ਵੱਡੀ ਮੈਂ ਆਪੇ ਤੈਨੂੰ ਪੜਾ ਲਵਾਵਾਂਗਾ ਮੈਂ ਆਪੇ ਤੈਨੂੰ ਇਹ ਸਮਝ ਦਿਆਂਗਾ ਕਿਵੇਂ ਰੱਬ ਦੀ ਗੱਲ ਕਰੀ ਦੀ ਇੱਥੇ ਕਿਤੇ ਗੁਰੂ ਕਿਰਪਾ ਕਰੇ ਪੜ੍ਹਾਈ ਹੋਵੇ ਕਿਸੇ ਕੋਨੇ ਵਿੱਚ ਦੱਬੀ ਹੋਈ ਬੰਦੇ ਨੂੰ ਪਤਾ ਹੀ ਨਾ ਹੋਵੇ ਸਾਧ ਸੰਗਤ ਫਿਰ ਤੇ ਪੜ੍ਹਾਈ ਚੰਗੀ ਹੈ ਬੰਦੇ ਨੂੰ ਪਤਾ ਨਾ ਹੋਵੇ ਮੇਰੇ ਵਿੱਚ ਵਿਦਿਆ ਉਹ ਬੰਦਾ ਬੋਲੇ ਧਰਮ ਬਾਰੇ ਫਿਰ ਕੋਚਾਰ ਅਖਰਹਿਣ ਕਿਸੇ ਦਾ ਸਵਾਰ ਜਾਣ ਨਹੀਂ ਤੇ ਸਾਧ ਸੰਗਤ ਜਿਵੇਂ ਹਾਥੀ ਦੀ ਸੁੰਡ ਵਿੱਚ ਮਿੱਟੀ ਪਾ ਕੇ ਉਡਾਈ ਜਾਂਦਾ ਧੂੜ ਉੱਡੇ ਜਾਂਦੀ ਹੈ ਇਹ ਹਾਲਾਤ ਬਣਦੀ ਹੈ ਸਤਗੁਰਾਂ ਨੇ ਕਿਹਾ ਮੇਹਾਂ ਤੂੰ ਨਹੀਂ ਬੋਲਣਾ ਇਹ ਭੁਲੇਖੇ ਵਿੱਚ ਨਾ ਪਈ ਤੂੰ ਨਹੀਂ ਬੋਲਣਾ ਤੂੰ ਤੁਰਨਾ ਹੈ ਬਸ ਸਰੀਰ ਦੇ ਯੰਤਰ ਤੇਰੇ ਕੰਮ ਕਰਨਗੇ ਬਾਕੀ ਸਭ ਕੁਝ ਗੁਰਨਾਣਕ ਦੇ ਘਰੋਂ ਆਵੇਗਾ ਇਹ ਜਿਹੜੀ ਜਿਹੜਾ ਵਚਨ ਕਲਗੀਆਂ ਵਾਲੇ ਨੇ ਕੀਤਾ ਸੀ ਨਾ ਬਾਬਾ ਨਿਧਾਨ ਸਿੰਘ ਜੀ ਨਾਲ ਹਜ਼ੂਰ ਸਾਹਿਬ ਹੋਰ ਵੀ ਕਈ ਥਾਵਾਂ ਤੇ ਉਹ ਸ਼ਬਦ ਬਹੁਤ ਪਿਆਰਾ ਹੈ ਉਹ ਸ਼ਬਦ ਹੈ ਸਿੱਖਾ ਖੀਸਾ ਮੇਰਾ ਹੱਥ ਤੇਰਾ ਤੂੰ ਨਾ ਫਿਕਰ ਕਰੀ ਜੇ ਤੂੰ ਗੁਰੂ ਦੇ ਨਾਮ ਤੇ ਲੰਗਰ ਦੀ ਗੱਲ ਕਰੇਗਾ ਤੇ ਉੱਥੇ ਵੀ ਹੱਥ ਤੇਰਾ ਹੋਵੇਗਾ ਲੰਗਰ ਤੇਰਾ ਨਹੀਂ ਹੋਵੇਗਾ ਲੰਗਰ ਤੇਰਾ ਨਹੀਂ ਤੇ ਇਹ ਬਿਲਕੁਲ ਸੱਚੇ ਸਤਗੁਰਾਂ ਨੇ ਕਿਹਾ ਮਿਹਾਂ ਤੂੰ ਫਿਕਰ ਨਾ ਕਰੀ ਬਸ ਰਸਨਾ ਹੀ ਤੇਰੀ ਹੋਵੇਗੀ ਗਿਆਨ ਮੇਰਾ ਹੋਵੇਗਾ ਰਸਨਾ ਤੇਰੀ ਵਰਤੀ ਜਾਏਗੀ ਗਿਆਨ ਮੇਰਾ ਹੋਵੇਗਾ ਤੇ ਉਹਨਾਂ ਚਿਰ ਇਸੇ ਤਰ੍ਹਾਂ ਹੀ ਰਹੇਗਾ ਜਿੰਨਾ ਚਿਰ ਤੂੰ ਸਮਝੇਗਾ ਇਹ ਗਿਆਨ ਮੇਰਾ ਨਹੀਂ ਤੂੰ ਵੀ ਸੋਚੇਗਾ ਹੈਰਾਨ ਹੋ ਕੇ ਕਿ ਕਿਧਰੋਂ ਆ ਗਿਆ ਇਹ ਮੈਂ ਕਿਵੇਂ ਵਰ ਗਿਆ ਬੜਾ ਹੈਰਾਨ ਹੋਇਆ ਸਿੱਖ ਤੇ ਫਿਰ ਸਤਗੁਰਾਂ ਨੇ ਇੱਕ ਬਖਸ਼ਿਸ਼ ਕੀਤੀ ਬਚਨ ਕੀਤਾ ਜਿਸ ਨੂੰ ਕਹਿੰਦੇ ਗੁਰੂ ਗੁਰ ਕਾ ਬਚਨ ਬਸੈ ਜੀ ਨਾਲੇ ਉਹ ਬਚਨ ਸੀ ਮਿਹਾਂ ਤੇਰੀ ਰਸਨਾ ਤੋਂ ਸ਼ਬਦ ਨਿਕਲਣਗੇ ਲੋਕਾਂ ਤੇ ਇਸ ਤਰ੍ਹਾਂ ਅਸਰ ਕਰਨਗੇ ਜਿਵੇਂ ਉੱਡਦੀ ਹੋਈ ਧੂੜ ਤੇ ਤੂੰ ਪਾਣੀ ਛਿੜਕਣਾ ਧੂੜ ਬੈਠ ਗਈ ਏ ਇਸ ਤਰ੍ਹਾਂ ਮਨ ਉਹਨਾਂ ਦੇ ਬੇਚੈਣ ਮਨਾਂ ਨੂੰ ਟਿਕਾਅ ਮਿਲ ਜਾਇਆ ਕਰੇਗਾ ਇਹਨੂੰ ਕਹਿੰਦੇ ਨੇ ਗੁਰੂ ਦਾ ਬਚਨ ਸਾਧ ਸੰਗਤ ਇਹ ਇਹ ਕੰਮ ਬਚਨ ਨਾਲ ਹੁੰਦਾ ਹੈ ਸੇਵਾ ਨਾਲ ਨਹੀਂ ਹੁੰਦਾ ਖਿਆਲ ਰੱਖਣਾ ਹੋਰ ਕਿਸੇ ਕੰਮ ਨਾਲ ਹਰ ਇੱਕ ਬੰਦੇ ਦੀ ਬੈਗ ਸਾਈਡ ਤੇ ਬਹੁਤ ਕੁਝ ਪਿਆ ਹੁੰਦਾ ਹੈ ਉਹਨੂੰ ਮੈਨੇ ਪਤਾ ਹੁੰਦਾ ਬਚਨ ਵਿੱਚ ਬੜੀ ਸ਼ਕਤੀ ਹੈ ਮੈਂ ਇੱਕ ਛੋਟੀ ਜੀ ਘਟਨਾ ਆਪ ਜੀ ਨਾਲ ਸਾਂਝੀ ਕਰਦੇ ਹਾਂ ਗੁਰੂ ਨਾਨਕ ਸਾਹਿਬ ਜਦੋਂ ਨਾਨਕ ਮਤੇ ਸਨ ਤੇ ਉਥੇ ਸਨ ਸਿੱਧ ਜੋਗੀ ਸਨ ਉਹਨਾਂ ਰਾਤ ਠੰਡ ਸੀ ਅੱਗ ਨਾ ਦਿੱਤੀ ਹਜ਼ੂਰ ਨੇ ਇੱਕ ਦੋ ਵਾਰੀ ਭਾਈ ਮਰਦਾਨਾ ਜੀ ਨੂੰ ਭੇਜਿਆ ਤੇ ਉਹਨਾਂ ਨੇ ਜਵਾਬ ਦੇ ਦਿੱਤਾ ਕਹਿਣ ਲੱਗੇ ਅੱਗ ਤੁਸੀਂ ਆਪ ਬਣਾ ਲਓ ਜੇ ਤੇਰਾ ਗੁਰੂ ਪੂਰਾ ਹੈ ਤੇ ਤੂੰ ਅੱਗ ਬਣਾ ਇਹ ਬੜੀ bari ਹੁੰਦਾ ਕਈ ਵਾਰੀ ਅਸੀਂ ਕਹਿ ਦਿੰਦੇ ਆ ਕਿ ਗੁਰੂ ਪਤਾ ਨਹੀਂ ਪੂਰਾ ਹੈ ਕਿ ਨਹੀਂ ਭਾਈ ਮਰਦਾਨਾ ਜੀ ਵਾਪਸ ਆ ਗਏ ਹਜ਼ੂਰ ਨੂੰ ਕਿਹਾ ਮਹਾਰਾਜ ਉਹ ਇਹ ਗੱਲ ਕਹਿੰਦੇ ਨੇ ਸਤਗੁਰਾਂ ਨੇ ਕਿਹਾ ਮਰਦਾਨੇ ਆ ਅਸੀਂ ਇਹ ਨਾਟਕ ਚੇਟਕ ਨਹੀਂ ਕਰਨੇ ਵੀ ਅੱਗ ਪੈਦਾ ਕਰ ਦਿਓ ਫੂਕ ਮਾਰ ਕੇ ਆਹ ਕਰ ਲੋ ਕਹਿੰਦੇ ਉਹਨਾਂ ਨੇ ਕਿਹਾ ਕਹਿੰਦੇ ਮਰਦਾਨਿਆਂ ਬੈਠ ਜਾ ਤੂੰ ਚੌਂਕੜਾ ਲਾ ਕੇ ਰਜਾ ਦੀ ਅੱਗ ਬਲੇਗੀ ਤੈਨੂੰ ਸੇਕ ਦਏਗੀ ਪਾਣੇ ਦੀ ਅੱਗ ਦਾ ਸੇਕ ਸੇਕ ਲੈ ਬੈਠ ਜਾ ਬਚਨ ਸਨ ਭਾਈ ਮਰਦਾਨਾ ਜੀ ਬੈਠੇ ਥੱਕੇ ਸਨ ਗੁਰੂ ਨਾਨਕ ਸਾਹਿਬ ਬੈਠੇ ਹੋਏ ਨੇ ਰਾਤ ਦਾ ਟਾਈਮ ਹੈ ਠੰਡ ਹੈ ਤੇ ਇਧਰੋਂ ਭਾਈ ਮਰਦਾਨਾ ਜੀ ਨੂੰ ਨੀਂਦ ਆ ਗਈ ਉੱਥੇ ਇਕੱਠੇ ਹੋ ਕੇ ਲੰਮੇ ਪੈ ਗਏ ਦੂਜੇ ਪਾਸੋਂ ਇੱਕ ਜੰਗਲ ਵਿੱਚੋਂ ਸ਼ਿਕਾਰੀ ਨਿਕਲਿਆ ਜਿਹਦੇ ਕੋਲ ਇੱਕ ਲੱਕੜਾਂ ਦੀ ਪੰਡ ਸੀ ਤੇ ਹੱਥ ਵਿੱਚ ਥੋੜੀ ਜਿਹੀ ਅੱਗ ਉਹਦੋਂ ਆਮ ਹੀ ਅੱਗ ਨਾਲ ਰੱਖਦੇ ਸਨ ਲੋਕ ਉਹਨੇ ਵੇਖਿਆ ਵੀ ਇੱਕ ਫਕੀਰ ਬੈਠਾ ਤੇ ਇੱਕ ਵਿਚਾਰਾ ਲਤਾਂ ਜੀਆਂ ਇਕੱਠੀਆਂ ਕਰਕੇ ਸੁਤਾ ਪਿਆ ਠੰਡ ਨਾਲ ਇਕੱਠਾ ਹੋ ਕੇ ਨੇੜੇ ਆ ਗਿਆ ਪੰਡ ਸਿਰ ਤੋਂ ਲਾ ਦਿੱਤੀ ਦੂਰੋਂ ਤੇ ਸੋਚ ਕੇ ਆਇਆ ਸੀ ਇਹ ਜੋਗੀ ਪਹਿਲਾਂ ਬੜੇ ਰਹਿੰਦੇ ਨੇ ਇੱਕ ਹੋਰ ਆਇਆ ਹੋਵੇਗਾ ਪਰ ਜਦੋਂ ਨੇੜੇ ਆਇਆ ਉਹਦੀ ਕੁਝ ਥਕਾਵਟ ਜੀ ਲੱਥੀ ਉਹਨੂੰ ਕੋਈ ਹੋਸ਼ ਜੀ ਆਈ ਕੋਈ ਰਸ ਜਾਂ ਮਿਲਿਆ ਦਰਸ਼ਨ ਵਿੱਚ ਰੁਕ ਗਿਆ ਕਹਿਣ ਲੱਗੇ ਫਕੀਰ ਸਾਈ ਰਾਤ ਕਿਵੇਂ ਕੱਢੋਗੇ ਹਜ਼ੂਰ ਨੇ ਕਿਹਾ ਜਿਨੇ ਰਾਤ ਬਣਾਈ ਏ ਜਿਨੇ ਤੈਨੂੰ ਬਣਾਇਆ ਜਿਨ ਨੇ ਮੈਨੂੰ ਬਣਾਇਆ ਉਹ ਰਾਤ ਵੀ ਕਢਾ ਦੇਗਾ ਕਹਿੰਦੇ ਨਹੀਂ ਠੰਡ ਬਹੁਤ ਹੈ ਕਿਵੇਂ ਗੁਜ਼ਰੇਗੀ ਕਹਿੰਦੇ ਜਿਵੇਂ ਗੁਜ਼ਰੇਗੀ ਗੁਜ਼ਰ ਜਾਏਗੀ ਉਹਨੇ ਕਿਹਾ ਜੇ ਆਪ ਆਗਿਆ ਦਿਓ ਤੇ ਅੱਗ ਬਾਲ ਦਿਆਂ ਸਤਿਗੁਰਾਂ ਨੇ ਕਿਹਾ ਤੂੰ ਆਪਣੇ ਪਰਿਵਾਰ ਵਾਸਤੇ ਲੱਕੜਾ ਲੈ ਉਹ ਕੀ ਕਰਨ ਗਿਆ ਤੇ ਉਹਨੇ ਜਵਾਬ ਦਿੱਤਾ ਸਤਿਗੁਰੂ ਮੇਰੇ ਘਰ ਤਿੰਨ ਚਾਰ ਪੰਡਾਂ ਲੱਕੜਾਂ ਦੀਆਂ ਪਈਆਂ ਨੇ ਮੈਂ ਉਹ ਅਮਰਜੈਂਸੀ ਵਾਸਤੇ ਰੱਖਿਆ ਵੀ ਜਿੱਦਣ ਨਾ ਕੋਈ ਲੱਕੜ ਲੈ ਕੇ ਆ ਸਕਾਂ ਅਗਲੇ ਦਿਨ ਵੇਚ ਲਈ ਦਿਆਂ ਨੇ ਮੈਂ ਥੋੜਾ ਜਿਹਾ ਸਟਾਕ ਰੱਖਣਾ ਹੁੰਦਾ ਜਮਾ ਸਾਧ ਸੰਗਤ ਤੇ ਧਿਆਨ ਰੱਖਣਾ ਜਦੋਂ ਕਿਸੇ ਬੰਦੇ ਨੇ ਪਰਉਪਕਾਰ ਕੀਤਾ ਤੇ ਇਹ ਮਤ ਸਮਝ ਨਾ ਵੀ ਜਿਸ ਨੇ ਬਹੁਤ ਕੁਝ ਇਕੱਠਾ ਕੀਤਾ ਉਹ ਕਰ ਲਏਗਾ ਨਹੀਂ ਕਰੇਗਾ ਉਹਨੇ ਤੇ ਹੋਰ ਅੱਗੇ ਦੀ ਅੱਗੇ ਤੁਰੇ ਜਾਣਾ ਇਹ ਤੇ ਥੋੜਾ ਜਿਹਾ ਹੋਵੇ ਘੱਟ ਵੀ ਨਾ ਹੋਵੇ ਘੱਟ ਹੋਵੇ ਤੇ ਵਿਚਾਰਾ ਦੇਏਗਾ ਕਿਥੋਂ ਉਹਦੇ ਆਪ ਵੇਖਦਾ ਫਿਰਦਾ ਇਹਨੇ ਅੱਗ ਬਾਲ ਦਿੱਤੀ ਉਥੇ ਅੱਗ ਲਟ ਲਟ ਬਲੀ ਤੇ ਸਵੇਰੇ ਜਦੋਂ 2:30 ਦਾ ਟਾਈਮ ਹੋਇਆ ਭਾਈ ਮਰਦਾਨੇ ਦੀ ਪਹਿਲੀ ਜਾਗ ਖੁੱਲੀ ਜਿਹਨੂੰ ਕੁਦਰਤੀ ਜਾਗ ਕਹਿੰਦੇ ਨੇ ਜਦੋਂ ਜਾਗ ਖੁੱਲੀ ਕੀ ਵੇਖਦਾ ਵੀ ਗੁਰੂ ਬਾਬਾ ਜੀ ਬੈਠੇ ਨੇ ਅੱਗ ਲਟ ਲਟ ਬਲ ਰਹੀ ਏ ਚਿਹਰੇ ਤੇ ਅਗਨੀ ਦਾ ਜਿਹੜਾ ਰੋਸ਼ਨੀ ਪੈਂਦੀ ਹੈ ਤੇ ਚਿਹਰਾ ਹੋਰ ਭਕਦਾ ਹੈ ਹੈਰਾਨ ਹੋ ਗਿਆ ਸਤਿਗੁਰਾਂ ਨੇ ਆਵਾਜ਼ ਦਿੱਤੀ ਮਰਦਾਨਿਆਂ ਸੁਚੇਤ ਹੋ ਅੰਮ੍ਰਿਤ ਵੇਲਾ ਹੋ ਗਿਆ ਰੁਭਾਵ ਨੂੰ ਸੰਭਾਲ ਕੀਰਤਨ ਹੋਇਆ ਅੰਮ੍ਰਿਤ ਵੇਲਾ ਹੋਇਆ ਸਵੇਰੇ ਮਰਦਾਨਾ ਜੀ ਪੁੱਛਦੇ ਨੇ ਸਤਿਗੁਰੂ ਇਹ ਅੱਗ ਕਿੱਥੋਂ ਆ ਗਈ ਕੌਣ ਦੇ ਗਿਆ ਸਤਿਗੁਰਾਂ ਨੇ ਕਿਹਾ ਮਰਦਾਨਿਆਂ ਤੂੰ ਕਹਿੰਦਾ ਸੀ ਠੰਡ ਲੱਗਦੀ ਰੱਬ ਨੂੰ ਤੇਰੀ ਠੰਡ ਤੇ ਤਰਸ ਆ ਗਿਆ ਉਹਨੇ ਕਿਤੇ ਕੋਈ ਭੇਜਿਆ ਕਹਿੰਦੇ ਕੌਣ ਕਹਿਣ ਲੱਗੇ ਇੱਕ ਜੰਗਲ ਵਿੱਚੋਂ ਸ਼ਿਕਾਰੀ ਸੀ ਲੱਕੜਾਂ ਕੱਢ ਕੱਟ ਕੇ ਲਿਆਇਆ ਸੀ ਉਹ ਲਾ ਕੇ ਚਲਾ ਗਿਆ ਤੇ ਭਾਈ ਮਰਦਾਨੇ ਨੇ ਕਿਹਾ ਬਾਬਾ ਉਹ ਤੇ ਤੈਨੂੰ ਅੱਗ ਬਾਲ ਕੇ ਦੇ ਗਿਆ ਤੂੰ ਵੀ ਉਹਨੂੰ ਕੁਝ ਨਾ ਕੁਝ ਦਿੱਤਾ ਹੋਵੇਗਾ ਤੁਸੀਂ ਕੀ ਦਿੱਤਾ ਉਸਨੂੰ ਸਤਿਗੁਰੂ ਚੁੱਪ ਕਰ ਗਏ ਕਹਣ ਲੱਗੇ ਮਰਦਾਨਿਆਂ ਉਹਨੂੰ ਮੈਂ ਕੁਝ ਦੇ ਦਿੱਤਾ ਕੀ ਦਿੱਤਾ ਕਹਣ ਲੱਗੇ ਉਹਨੂੰ ਵੀ ਪਤਾ ਨਹੀਂ ਸਮਾਵੇਗਾ ਇਹ ਸਰੀਰ ਛੱਡੇਗਾ ਨਵਾਂ ਸਰੀਰ ਧਾਰਨ ਕਰੇਗਾ ਉੱਥੇ ਗੁਰਸਿੱਖੀ ਕਮਾਏਗਾ ਤੇ ਪੰਜਾਬ ਦਾ ਅੱਧਾ ਹਿੱਸਾ ਇਹਦੇ ਸ਼ਬਦਾਂ ਤੋਂ ਜੀਵਨ ਦਾਣ ਪ੍ਰਾਪਤ ਕਰੇਗਾ ਭਰ ਦਿੱਤਾ ਗੁਰੂ ਨਾਨਕ ਨੇ ਉਹਦੇ ਅੰਦਰ ਇਹ ਦੀ ਰਸਨਾ ਦੇ ਸ਼ਬਦ ਲੋਕਾਂ ਦੇ ਅਮੋੜ ਜੀਵਨਾਂ ਨੂੰ ਬਦਲੇ ਗਏ। ਔਰ ਇਹ ਵਾਕਿਆ ਭਾਈ ਵੀਰ ਸਿੰਘ ਜੀ ਨੇ ਵੀ ਲਿਖਿਆ ਹੋਰ ਵੀ ਕਈਆਂ ਨੇ ਇਹਦੇ ਬਾਰੇ ਜ਼ੁਬਾਨੀ ਕਲਾਮੀ ਕਿਹਾ ਕਿ ਇਹ ਸਭ ਕੁਝ ਇਸੇ ਤਰ੍ਹਾਂ ਹੋਇਆ। ਅੱਗੇ ਕੁਝ ਪੈਦਾ ਜਿਹੜੇ ਲੋਕ ਇੱਥੇ ਜ਼ਮੀਨ ਤੇ ਕੁਝ ਵਿਸ਼ੇਸ਼ ਆਉਂਦੇ ਨੇ ਸਾਧ ਸੰਗਤ ਉਹ ਆਪ ਨਹੀਂ ਕੁਝ ਕਰਦੇ। ਉਨਾਂ ਦੇ ਉੱਤੇ ਬਚਨ ਕੰਮ ਕਰਦਾ ਗੁਰੂ ਨੇ ਕਿਤੇ ਨਾ ਕਿਤੇ ਉਂਗਲ ਲਾ ਦਿੱਤੀ ਵੀ ਜਾ ਹੁਣ ਇਹ ਕੰਮ ਤੂੰ ਕਰੇਂਗਾ ਮੈਂ ਗੱਲ ਕਰ ਰਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਮਿਹਾਂ ਤੂੰ ਨਾ ਫਿਕਰ ਕਰੀ ਖੀਸਾ ਮੇਰਾ ਹੋਵੇਗਾ ਤੇ ਹੱਥ ਤੇਰਾ ਜਿੰਨਾ ਮਰਜ਼ੀ ਗਿਆਨ ਵੰਡ ਦੇ ਖਤਮ ਨਹੀਂ ਹੋਏਗਾ ਇਹਨੇ ਬੜਾ ਪ੍ਰਚਾਰ ਕੀਤਾ ਗੱਲ ਕਰ ਰਿਹਾ ਸੀ ਕਿ ਸਾਧ ਸੰਗਤ ਗੁਰੂ ਵਰਗਾ ਹੋਣਾ ਪਹਿਲਾਂ ਮੁਰੇਦ ਬਣਨਾ ਮੁਰਦਾ ਹੋਏ ਮੁਰੇਦ ਨਾ ਗੱਲ ਹੀ ਹੋਵਣਾ ਮੁਰਦਾ ਹੋਏ ਮੁਰੇਦ ਸੋ ਗੁਰ ਗੌਰ ਸਮਾਵੈ ਉਹਦੇ ਵਿੱਚ ਉਹ ਸਮਾ ਜਾਂਦਾ ਹੈ ਉਹਦੇ ਵਰਗਾ ਹੋ ਜਾਂਦਾ ਗੱਲ ਚੱਲ ਰਹੀ ਸੀ ਮਾਰਗ ਦੀ ਤੇ ਮੰਜ਼ਲ ਦੀ ਸ਼ਾਇਦ ਗੁਰੂ ਕਿਰਪਾ ਕਰੇ ਸਾਨੂੰ ਮਾਰਗ ਦਵੇ ਪਹਿਲਾਂ ਧਰਮ ਦਾ ਮਾਰਗ ਤੇ ਤੁਰਿਏ ਤੇ ਨਾਲ ਨਾਲ ਅਰਦਾਸ ਕਰੀਏ ਕਿਤੇ ਮਾਰਗ ਨੂੰ ਮੰਜ਼ਲ ਨਾ ਸਮਝ ਬਵੀਏ ਕਿਤੇ ਹੀ ਕਹਿ ਦਈਏ ਇੱਥੇ ਪਹੁੰਚ ਗਏ ਬਸ ਕਰ ਲਿਆ ਥੋੜਾ ਜਿਹਾ ਉੱਥੇ ਰੁਕ ਗਏ ਬਸ ਠੀਕ ਠਾਕ ਹੈ ਜਿੰਨਾ ਚਿਰ ਸਿੱਖ ਗੁਰੂ ਵਰਗਾ ਨਹੀਂ ਹੁੰਦਾ ਉਹਨਾਂ ਚਿਰ ਉਹ ਕਦੀ ਆਰਾਮ ਨਾਲ ਟਿਕਦਾ ਨਹੀਂ ਉਹਨਾਂ ਚਿਰ ਉਹਦੀ ਬੇਚੈਨੀ ਉਹਦੀ ਤਿਲਮਲਾਹਟ ਬਣੀ ਹੀ ਰਹਿੰਦੀ ਹੈ ਉਹ ਕਦੀ ਸਮਝੌਤਾ ਨਹੀਂ ਕਰਦਾ ਕਿ ਮੈਂ ਹੋ ਗਿਆ ਬਸ ਰੁਕਦਾ ਨਹੀਂ ਪਾਣੀ ਉਹਨਾਂ ਚਿਰ ਕਿਵੇਂ ਰੁਕੇ ਜਿੰਨਾ ਚਿਰ ਸਮੁੰਦਰ ਵਰਗਾ ਸਮੁੰਦਰ ਦੇ ਵਿੱਚ ਨਾ ਗਿਆ ਧਰਮੀ ਆਦਮੀ ਕਿਵੇਂ ਰੁਕ ਜਾਏ ਜਿੰਨਾ ਚਿਰ ਉਹ ਸਾਧ ਸੰਗਤ ਗੁਰੂ ਵਰਗਾ ਨਹੀਂ ਹੋਇਆ ਇਸ ਕਰਕੇ ਅੱਜ ਬਚਨ ਕਹਿ ਰਹੇ ਨੇ ਗੁਰੂ ਵਰਗੇ ਹੋਣ ਦੀ ਜਾਂਚ ਕਿਵੇਂ ਹੋਈਏ ਉਹ ਕਿਹੜਾ ਤਰੀਕਾ ਹੈ ਗੁਰੂ ਵਰਗੇ ਕਿਵੇਂ ਹੋਈਏ ਮੰਜ਼ਲ ਕਿਵੇਂ ਮਿਲੇ ਸੰਪੂਰਨਤਾ ਕਿਵੇਂ ਆਵੇ ਜੀਵਨ ਵਿੱਚ ਸਤਿਗੁਰੂ ਉਹ ਜਾਜ ਸਿਖਾ ਰਹੇ ਨੇ ਸਾਬ ਨੇ ਪਹਿਲਾ ਪਹਿਲੀ ਗੱਲ ਕਹੀ ਕਹਿੰਦੇ ਰਸਨਾ ਦੀ ਵਰਤੋਂ ਕਰ ਜੇਹਵਾ ਗੁਣ ਗੋਬਿੰਦ ਭਜੋ ਇਹਦੀ ਵਰਤੋਂ ਕਰ ਸਭ ਤੋਂ ਪਹਿਲਾ ਇੰਦਰ ਧਰਮੀ ਬੰਦੇ ਦਾ ਰਸਨਾ ਰਸਨਾ ਦੀ ਵਰਤੋਂ ਜ਼ਰੂਰੀ ਹੈ ਇਹਦੇ ਤੋਂ ਬਿਨਾ ਪਤਾ ਨਹੀਂ ਕੋਈ ਧਰਮ ਹੋਵੇਗਾ ਬੜੇ ਕੁਝ ਨੇ ਸਿੱਧ 84 ਆਸਨ ਇਹ ਵੀ ਕਰ ਕਰ ਰਿਆ ਹੋਰ ਧਿਆਨ ਦੀਆਂ ਬਹੁਤ ਸਾਰੀਆਂ ਵਿਧੀਆਂ ਨੇ بڑے بڑے দান ਨੇ ਬੜਾ ਕੁਝੇ ਕੋਈ তীਰਥਾਂ ਦਾ ਰਟਨ ਸਤਿਗੁਰੂ ਨੇ ਕਿਹਾ ਨਹੀਂ ਜਿਹੜੀ ਚੀਜ਼ ਤੇਰੇ ਕੋਲ ਹੀ ਹੈ ਬਿਲਕੁਲ ਤੇਰੇ ਨੇੜੇ ਰਸਨਾ ਹੈ ਤੇਰੀ ਔਰ ਤੂੰ ਇਹਦੀ ਵਰਤੋਂ ਵੀ ਬੜੀ ਕਰਨ ਇਹਦੇ ਨਾਲ ਥੋੜਾ ਜਿਹਾ ਜਪ ਕੇ ਤੇ ਵੇਖ ਅਸੀਂ ਕਹਿੰਦੇ ਆ ਨਾ ਜਦੋਂ ਬਾਣੀ ਪੜ੍ਹਨੀ ਹੋਵੇ ਤਾਂ ਇੱਕ ਘੰਟੇ ਵਿੱਚ ਅਸੀਂ ਕਿੰਨੇ ਘੰਟਾ ਪਾਠ ਕੀਤਾ ਸੀ ਜਿੱਥੇ ਥੱਕ ਗਏ ਇਹ ਨਹੀਂ ਹੁੰਦਾ ਕੌਣ ਕਰੇ ਸਾਧ ਸੰਗਤ ਰਿਕਾਰਡ ਕਰਕੇ ਦੇਖਣਾ 24 ਘੰਟਿਆਂ ਵਿੱਚ ਅਸੀਂ ਕਿੰਨੇ ਘੰਟੇ ਬੋਲੀ ਜਾ ਰਹੇ ਆ ਇਹ ਕੁਦਰਤ ਦਾ ਨਿਯਮ ਵੇਖੋ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਨਾ ਢਾਈ ਘੰਟੇ ਦਾ ਨਿਤਨੇਮ ਕੁਦਰਤ ਦਾ ਨਿਯਮ ਹੈ ਬੰਦੇ ਦਾ ਸਰੀਰ ਠੀਕ ਹੋਵੇ ਤੰਦਰੁਸਤ ਹੋਵੇ ਕੁਦਰਤ ਦਾ ਨਿਯਮ ਹੈ ਕਿ ਢਾਈ ਘੰਟੇ ਉਹਦੀ ਜ਼ੁਬਾਨ ਤੋਂ ਸ਼ਬਦ ਨਿਕਲਨੇ ਚਾਹੀਦੇ ਨੇ ਨਹੀਂ ਤੇ ਉਹਦੇ ਵਿੱਚ ਬੋਝ ਬਣ ਜਾਏਗਾ ਉਹਨੂੰ ਬੋਲਣਾ ਪਏਗਾ ਢਾਈ ਘੰਟੇ ਠੀਕ ਰਹਿਣ ਵਾਸਤੇ ਬੋਲਣਾ ਜ਼ਰੂਰੀ ਹੈ ਉਹਦਾ ਹਾਂ ਕੁਝ ਲੋਕ ਐਸੇ ਨੇ ਉਹਨਾਂ ਦੀ ਨਹੀਂ ਮੈਂ ਗੱਲ ਕਰ ਰਿਹਾ ਬੜੇ ਵਿਰਲੇ ਨੇ ਉਥੇ ਕੋਈ ਫਰਕ ਨਹੀਂ ਪੈਂਦਾ ਭਾਵੇਂ ਸ਼ਬਦ ਦੀ ਆਵਾਜ਼ ਦੀ ਉਚਾਰਨ ਦੀ ਵਰਤੋਂ ਨਾ ਵੀ ਕਰਨ ਪਰ ਜਿਹੜਾ ਆਮ ਆਦਮੀ ਐ ਤੁਸੀਂ ਕਦੀ ਸਵੇਰ ਤੋਂ ਸ਼ਾਮ ਤੱਕ ਗਿਣ ਕੇ ਵੇਖਣਾ ਅਸੀਂ ਕਿੰਨੇ ਘੰਟੇ ਬੋਲਨੇ ਆ ਔਰ ਕੀ ਕੀ ਬੋਲਨੇ ਹ ਤੱਕ ਜਿੱਦੀ ਕੋਈ ਜ਼ਰੂਰਤ ਵੀ ਨਹੀਂ ਉਹ ਬੋਲਨੇ ਆ ਆਦਮੀ ਦੌੜਦਾ ਹੈ ਪਾਗਲ ਦੀ ਤਰ੍ਹਾਂ ਲੱਭਦਾ ਕਿਹਦੇ ਨਾਲ ਬੋਲਾਂ ਕਿਹਦੇ ਨਾਲ ਗੱਲ ਕਰਾਂ ਅੱਜ ਕੱਲ ਤੇ ਬਹੁਤ ਵੱਡਾ ਰੋਗ ਹੋ ਗਿਆ ਕਿਉਂਕਿ ਆਦਮੀ ਪਹਿਲਾਂ ਤੇ ਇਕੱਲਾ ਰਿਹਾ ਫਿਰ ਉਸ ਇਕੱਲੇ ਦੇ ਵਿੱਚ ਦੁੱਖ ਪੈਦਾ ਹੋਇਆ ਇਸ ਕਰਕੇ ਜਿਹੜੇ ਰਾਹ ਤੇ ਅਸੀਂ ਗਏ ਆਂ ਔਰ ਹੁਣ ਜਾ ਰਹੇ ਆਂ ਇਹਦੇ ਤੋਂ ਸਾਡੇ ਤੋਂ ਬਹੁਤ ਅੱਗੇ ਨਿਕਲ ਚੁੱਕੇ ਨੇ ਪੱਛਮ ਵਾਲੇ ਜੋ ਕੁਝ ਅਸੀਂ ਇੱਕ 100 ਸਾਲ ਬਾਅਦ ਸੰਸਾਰਕ ਤੌਰ ਤੇ ਪ੍ਰਾਪਤ ਕਰਨਾ ਉਹਨਾਂ ਦੇ ਕੋਲ ਹੈ ਪਰ ਉਹਨਾਂ ਦੇ ਜੀਵਨ ਦੇ ਰਿਜ਼ਲਟ ਕੋਈ ਬਹੁਤੇ ਠੀਕ ਨਹੀਂ ਆ ਰਹੇ ਇਸ ਲਈ ਸਾਨੂੰ ਇੱਕ 100 ਸਾਲ ਹੋਰ ਨਹੀਂ ਗਵਾਉਣਾ ਚਾਹੀਦਾ ਅੱਜਕੱਲ ਜੋ ਕੁਝ ਸਾਡੇ ਕੋਲ ਹੈ ਅਸੀਂ ਕਹਿੰਦੇ ਬਹੁਤ ਕੁਝ ਹੈ ਅਜੇ ਵੀ ਕੁਝ ਨਹੀਂ ਉਹਨਾਂ ਦੇਸ਼ਾਂ ਦੇ ਮੁਕਾਬਲੇ ਤੇ ਜਿਹੜੇ ਵਿਕਸਿਤ ਹੋ ਚੁੱਕੇ ਨੇ 100 ਸਾਲ ਲੱਗਣਗੇ ਸਾਨੂੰ ਉੱਥੇ ਜਾਣ ਤੇ ਤੇ 100 ਸਾਲ ਬਾਅਦ ਅਸੀਂ ਉਹਨਾਂ ਹਾਲਾਤਾਂ ਵਿੱਚ ਚਲੇ ਜਾਵਾਂਗੇ ਜਿੱਥੇ ਉਹ ਨੇ ਹਰ ਇੱਕ ਚੌਥਾ ਆਦਮੀ ਆਤਮ ਹੱਤਿਆ ਬਾਰੇ ਸੋਚ ਰਿਹਾ ਹੈ ਸੋਚਦਾ ਰਿਹਾ ਇਹਨਾਂ ਕਰਨ ਦੀ ਹਿੰਮਤ ਨਹੀਂ ਹੈ ਉਥੋਂ ਦੇ ਆਦਮੀ ਨੇ ਇਨਾ ਧਨ ਇਨੀ ਸਾਰਾ ਕੁਝ ਬਹੁਤ ਹੈ ਤੇ ਅਸੀਂ ਉਹਦੇ ਵਾਸਤੇ ਪਾਗਲਾਂ ਦੀ ਤਰ੍ਹਾਂ ਤੋੜ ਰਹੇ ਹਾਂ ਗੁਰੂ ਨੂੰ ਤਿਆਗ ਕੇ ਗੁਰੂ ਨੂੰ ਛੱਡ ਕੇ ਇਸ ਕਰਕੇ ਸਤਗੁਰੂ ਨੇ ਕਿਹਾ ਜੇ ਬੋਲਣਾ ਹੀ ਤੇ ਰਸਨਾ ਨਾਲ ਕੀ ਬੋਲ ਲੋੜ ਲੈ ਬੋਲ ਸੰਸਾਰ ਲਈ ਆਪਣੇ ਸਰੀਰ ਦੀ ਬਹੁਤਾਤ ਭਰੀ એનર્ਜੀ ਨੂੰ ਵਿਅਸਤ ਨਾ ਕਰ ਜਿਹੜੀ ਸਭ ਤੋਂ ਜ਼ਿਆਦਾ ਦੋ ਚੀਜ਼ਾਂ ਨਾਲ ਵਿਅਸਤ ਹੁੰਦੀ ਬੋਲਣ ਨਾਲ ਤੇ ਦੇਖਣ ਨਾਲ ਇਸ ਲਈ ਇਹ ਸਭ ਤੋਂ ਪਹਿਲਾ ਇਹ ਸਤਿਗੁਰੂ ਨੇ ਜਾਂਚ ਦੱਸੀ ਕਿਵੇਂ ਬੋਲਣਾ ਹੈ ਕੀ ਕਰਨਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬਚਨ ਕਹਿ ਰਹੇ ਨੇ ਸ਼ਲੋਕ ਹਨ 21 ਨੰਬਰ ਔਰ 22 ਨੰਬਰ ਦੋ ਸ਼ਲੋਕ ਹਨ ਇਹਨਾਂ ਦੇ ਵਿੱਚ ਸਤਿਗੁਰੂ ਨੇ ਰਸਨਾ ਦੀ ਗੱਲ ਕੀਤੀ ਕਹਿੰਦੇ ਇਸ ਰਸਨਾ ਦੀ ਵਰਤੋਂ ਪਰਮਾਤਮਾ ਦੇ ਗੁਣ ਗਾਉਣ ਵਾਸਤੇ ਵੀ ਕਰ ਚੱਲ ਤੂੰ ਸੰਸਾਰ ਲਈ ਵੀ ਬੋਲ ਪਰ ਅੱਧਾ ਸਮਾਂ ਉਧਰੋਂ ਕੱਟ ਦੇ ਇੱਧਰ ਬੋਲ ਇਹਦੇ ਨਾਲ ਤੂੰ ਜਪ ਇਹਦੇ ਨਾਲ ਬੋਲ ਕੀ ਬੋਲਣਾ ਹੈ ਜੇਵਾ ਗੁਣ ਗੋਬਿੰਦ ਭਜੋ ਪਰਮਾਤਮਾ ਦੇ ਗੁਣਾ ਨੂੰ ਬੋਲ ਉਹਦੇ ਨਾਮ ਨੂੰ ਉਚਾਰਨ ਕਰ ਧਰਮ ਦੀ ਸ਼ੁਰੂਆਤ ਇਥੋਂ ਹੋਏਗੀ ਰਸਨਾ ਦੀ ਵਰਤੋਂ ਕਰ ਸਹਿਬ ਕਹਿੰਦੇ ਜੇਹ ਬਾ ਗੁਣ ਗੋਬਿੰਦ ਭਜੋ ਇਹ ਪਹਿਲਾ ਸਟੈਪ ਰਸਨਾ ਨਾਲ ਬੋਲ ਜਪ ਉਚਾਰਨ ਕਰ ਹੋਰ ਕੀ ਕਰਨਾ ਹੈ ਕਹਿੰਦੇ ਕੰਨ ਸੁਣੋ ਹਰ ਨਾਮ 50% ਦੀ ਸਾਧਨਾ ਦਾ ਹਿੱਸਾ ਹੈ ਸਿੱਖੇ ਦੀ ਸਾਧਨਾ ਦਾ ਰਸਨਾ ਨਾਲ ਉਚਾਰਨ ਕਰਨਾ ਇਹ 50 ਫੀਸਦੀ ਖਿਆਲ ਰੱਖਣਾ 50 ਫੀਸਦੀ ਹੈ ਕੰਨਾਂ ਦੇ ਨਾਲ ਉਸ ਆਵਾਜ਼ ਨੂੰ ਸੁਣਨਾ ਆਪਣੀ ਹੀ ਆਵਾਜ਼ ਨੂੰ ਸੁਣਨਾ ਇਹ ਦੋਨੇ ਜਦੋਂ ਇਹ ਦੋ ਕਰ ਲੈ ਤੇ ਚੱਲਦੇ ਰਹੇ ਕੰਟੀਨਿਊ ਹੋ ਗਏ ਸ਼ਬਦ ਦੇ ਵਿੱਚ ਸਰੋਤ ਜੁੜਦੀ ਗਈ ਉਹਦੇ ਤੋਂ ਅੱਗੇ ਗੁਰੂ ਅਮਰਦਾਸ ਜੀ ਨੇ ਕਿਹਾ ਹੁਣ ਇਸ ਆਵਾਜ਼ ਨੂੰ ਪਿਆਰ ਕਰ ਜਿਹੜੀ ਤੇਰੇ ਅੰਦਰੋਂ ਆ ਰਹੀ ਹੈ ਸ਼ਬਦ ਧਰੋ ਪਿਆਰੋ ਆ ਜਦੋਂ ਅਸੀਂ ਥੋੜੇ ਜਿਹਾ ਗੁਰੂ ਸਾਹਿਬ ਸਾਨੂੰ ਸਿਆਣੇ ਕਰ ਦੇਣਗੇ ਸਾਨੂੰ ਪਤਾ ਲੱਗ ਜਾਏਗਾ ਸ਼ਬਦ ਕੀ ਹੁੰਦਾ ਹੈ ਸ਼ਬਦ ਬਾਰੇ ਕੁਝ ਨਾ ਕੁਝ ਜ਼ਿਆਦਾ ਪੂਰਾ ਤੇ ਜਾਣਨਾ ਜਾਇ ਨਹੀਂ ਜਾ ਸਕਦਾ ਜਿੰਨਾ ਵੱਡਾ ਰੱਬ ਉਹਨੇ ਹੀ ਵੱਡਾ ਸ਼ਬਦ ਹੈ ਉਦੇ ਬਾਰੇ ਜਾਣਨਾ ਕਠਿਨ ਹੈ ਕਠਿਨ ਨਹੀਂ ਹੈ ਜਾਣੇ ਨਹੀਂ ਜਾ ਸਕਦਾ ਪਰ ਜਾਣਨਾ ਦੋ ਤਰ੍ਹਾਂ ਦਾ ਹੈ ਇੱਕ ਹੈ ਉਹਨੂੰ ਵੀ ਜਾਣਨੇ ਕਹਿੰਦੇ ਜਿਵੇਂ ਬੰਦਾ ਕਿਸੇ ਚੀਜ਼ ਬਾਰੇ ਪੂਰਾ ਜਾਣ ਲੈਂਦਾ ਉਹਨੂੰ ਵੀ ਜਾਣਣਾ ਕਹਿੰਦੇ ਜਿਹਨੂੰ ਛੂਹ ਲੈਂਦਾ ਹੈ ਉਹ ਹੈ ਛੂਣਾ ਪਰਮਾਤਮਾ ਨੂੰ ਸ਼ਬਦ ਨੂੰ ਛੂਣਾ ਸਿਰ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਤਾਂ ਇਸ ਤਰ੍ਹਾਂ ਸੁਣਨਾ ਤੇ ਫਿਰ ਉਸ ਆਵਾਜ਼ ਨੂੰ ਪਿਆਰ ਕਰਨਾ ਜਿੱਦਣ ਬੰਦੇ ਨੂੰ ਆਪਣੀ ਆਵਾਜ਼ ਨੂੰ ਪ੍ਰੇਮ ਕਰਨ ਦੀ ਜਾਚ ਆ ਗਈ ਉਹ ਪ੍ਰੇਮੀ ਹੋ ਗਿਆ ਪ੍ਰੇਮੀ ਬਣ ਗਿਆ ਇਸ ਲਈ ਦੋ ਪ੍ਰਮੁੱਖ ਹਿੱਸੇ ਕਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਖੁਦ ਕੀਤੇ ਉਹਨਾਂ ਨੇ ਕਿਸੇ ਨੇ ਕਿਹਾ ਸੀ ਭਵਜਲ ਕਿਵੇਂ ਪਾਰ ਕਰੀਦਾ ਹੈ ਤੇ ਜਵਾਬ ਦੇਂਦੇ ਕਹਿੰਦੇ ਨਾਨਕ ਭਵ ਜਲ ਪਾਰ ਪਰ ਜੋ ਗਾਵੇ ਪ੍ਰਭ ਕੇ ਗੀਤ ਜਿਹੜੇ ਉਹਦੇ ਗੀਤ ਨੂੰ ਗਾਏਗਾ ਤਾਂ ਇੱਥੇ ਕਹਿੰਦੇ ਜੇ ਬਾ ਗੁਣ ਗੋਬਿੰਦ ਭਜੋ ਕੰਨ ਸੁਣੋ ਹਰ ਨਾਮ ਫਿਰ ਹਜ਼ੂਰ ਕਿਰਪਾ ਕਰਕੇ ਕਹਿੰਦੇ ਹਨ ਕਹਿਣ ਲੱਗੇ ਕਹੋ ਨਾਨਕ ਸੁਣ ਰੇ ਮਨਾ ਪਰ ਹੈ ਨਾ ਜਮ ਕੇ ਧਾਮ ਧਾਮ ਦੇ ਅਰਥ ਨੇ ਘਰ ਫਿਰ ਤੂੰ ਜਮਾ ਦੇ ਘਰ ਵਿੱਚ ਨਹੀਂ ਜਾਏਗਾ ਮੌਤ ਦੀ ਗ੍ਰਹੀ ਨਹੀਂ ਬਣੇਗਾ ਜਿਹੜਾ ਵੀ ਸ਼ਾਪਾ ਸ਼ੁਰੂ ਤੋਂ ਕਿਹਾ ਸੀ ਇਹ ਤੇ ਹੈ ਕਿਰਿਆ ਇਹ ਕਿਰਿਆ ਦਸੀ ਕਿਰਿਆ ਕੀ ਕਰਨੀ ਹੈ ਕਿਰਿਆ ਹੈ ਬੋਲਣਾ ਸੁਣਨਾ ਕਰਮ ਇੰਦਰੇ ਨੇ ਹੁਣ ਉਹਦੇ ਨਾਲ ਪਰਹੇਜ਼ ਦੱਸੇ ਨੇ ਅਗਲੇ ਸ਼ਲੋਕ ਕੱਲੀ ਕਰਿਆ ਕੰਮ ਨਹੀਂ ਦੇਹਗੀ ਖਿਆਲ ਰੱਖਣਾ। ਭੁਲੇਖੇ ਵਿੱਚ ਨਾ ਰਹਿਣਾ ਕਿ ਮੈਂ ਕੱਲਾ ਜਪੀ ਜਾਊਂਗਾ ਜਪੀ ਜਾਊਂਗਾ। ਅਗਲੀ ਪੰਕਤੀ ਨਹੀਂ ਲਾਗੂ ਹੋਵੇਗੀ ਕਰਿਆ ਕੰਮ ਨਹੀਂ ਦੇਹਗੀ ਖਿਆਲ ਰੱਖਣਾ। ਕੰਮ ਦੇ ਸਕਦੀ ਦੂਜੇ ਤਰੀਕੇ ਦਾ ਕੰਮ ਹੋ ਜਾਏਗਾ ਆਦਮੀ ਦਾ ਸੰਸਾਰੀ ਕੋਈ ਨਾ ਕੋਈ। ਸ਼ਬਦ ਦਾ ਇੱਕ ਇਹ ਵਿਗਿਆਨ ਹੈ ਉਹਨੂੰ ਬੋਲੋ ਜਪੋ ਨਾ ਸੁਣੋ। ਜਪੀ ਜਾਓ ਜਪੀ ਜਾਓ। ਸੰਸਾਰ ਦਾ ਧੰਨਵਾਦ ਜਾਏਗਾ ਹੋਰ ਚੀਜ਼ਾਂ ਹੋ ਜਾਣਗੀਆਂ ਪਰ ਜਿਹੜੀ ਗੱਲ ਹੋਰ ਹੈ ਨਾ ਜਿਹਨੂੰ ਸਤਿਗੁਰੂ ਕਹਿੰਦੇ ਨਾਨਕ ਲੇਖ ਇੱਕ ਗੱਲ ਉਹ ਇੱਕ ਗੱਲ ਕਿਵੇਂ ਹੋਵੇਗੀ ਕਿਰਿਆ ਵੀ ਕਰੇ ਪਹਿਲੇ ਸ਼ਲੋਕ ਵਿੱਚ ਕਿਰਿਆ ਦੱਸੀਏ ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ ਇਹ ਕਿਰਿਆ ਹੁਣ ਪਰਹੇਜ ਦੱਸ ਰਹੇ ਨੇ 22 ਨੰਬਰ ਵਿੱਚ ਸਹਿਬ ਕਹਿੰਦੇ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਇਹ ਪਰਹੇਜ ਨੇ ਇਹ ਪਰਹੇਜ ਪਾਲ ਕੇ ਇੱਕ ਮਹੀਨਾ ਕਰਕੇ ਦੇਖ ਲਈਏ ਅਗਲੇ ਦਿਨ ਦੱਸ ਦੇਗੀ ਬਾਣੀ ਕੀ ਹੁੰਦਾ ਇਹਦੇ ਵਿੱਚ ਅਗਲੇ ਦਿਨ ਆਦਮੀ ਪੁੱਛਣ ਨਹੀਂ ਜਾਏਗਾ ਇੱਕ ਇੱਕ ਨੂੰ ਉਸ ਨੂੰ ਬੋਲ ਕੇ ਦੱਸ ਦੇਗਾ ਬਾਣੀ ਕੀ ਹੈ ਪ੍ਰਮਾਤਮਾ ਕੀ ਹੈ ਗੁਰੂ ਕੀ ਹੈ ਜੇ ਇਹ ਨਾ ਕੀਤੇ ਸਾਰੀ ਉਮਰ ਨਹੀਂ ਪਤਾ ਲੱਗੇਗਾ ਏ ਨਾ ਨਿਭਾਏ ਜੋ ਪ੍ਰਾਣੀ ਮਮਤਾ ਤਜੈ ਮਮਤਾ ਮੋਹ ਦੀ ਅਤ ਗਹਿਰੀ ਦਸ਼ਾ ਹੈ ਜਿਹੜੀ ਮੋਹ ਦੇ ਮਟਿਆਂ ਵੀ ਬਣੀ ਰਹਿੰਦੀ ਹੈ ਮਮਤਾ ਦੇ ਅਰਥ ਨੇ ਆਪਣਾਪਣ ਮੇਰਾਪਣ ਨਿਜਪਣ ਜਿਹਦੇ ਉੱਤੇ ਆਦਮੀ ਆਪਣੇ ਘੇਰੇ ਵਿੱਚ ਸੀਮਤ ਰਹਿੰਦਾ ਖੁੱਬਾ ਰਹਿੰਦਾ ਹੈ ਮਮਤਾ ਦੋ ਵਾਰੀ ਮਮਾ ਸ਼ਬਦ ਵਰਤਿਆ ਦੇ ਵਿੱਚ ਮੈਂ ਦਾ ਡਬਲ ਪ੍ਰਭਾਵ ਦੋ ਵਾਰੀ ਮੈਂ ਸ਼ਬਦ ਵਰਤ ਲਿਆ ਗਿਆ ਯਾਨੀ ਕਿ ਸੂਖਸ਼ਮ ਮੋ ਬਾਰੋਂ-ਬਾਰੋਂ ਤੇ ਛੱਡ ਦਿੱਤਾ ਪਰਿਵਾਰ ਨੂੰ ਵੀ ਝਿੜਕ ਦਿੱਤਾ ਸਭ ਕੁਝ ਆਸੇ-ਪਾਸੇ ਹੋ ਗਿਆ ਪਰ ਇਹ ਗਹਿਰਾ ਮੋ ਜਿਹਨੂੰ ਕਬੀਰ ਜੀ ਕਹਿੰਦੇ ਸਖ ਸਾਖਾ ਬਹੁਤੇ ਕੀਏ ਕੇਸੋ ਕਿਉ ਨਾਮੀਤ ਚੱਲਦੇ ਹਰ ਮਿਲਨ ਕੋ ਵਿਚੇ اٹਕਿਓ ਚੀਤ ਇਹ ਉਹ ਦਸ਼ਾ ਜਿਹੜਾ ਇਹਨੂੰ ਛੱਡ ਗਿਆ ਤੇ ਲੋਭ ਛੱਡ ਦਿੱਤਾ ਜਿਸ ਨੇ ਮੋਹ ਤੇ ਅਹੰਕਾਰ ਤਿਆਗ ਦਿੱਤਾ ਫਿਰ ਉਹਦੀ ਵਡਿਆਈ ਉਹਦਾ ਕਹਿਣਾ ਕੀ ਹੈ ਉਹਦੀ ਵਿਆਖਿਆ ਕਿਵੇਂ ਹੋ ਸਕੇ ਉਹਨੂੰ ਫਿਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਹੋ ਨਾਨਕ ਆਪਨ ਤਰੈ ਔਰਨ ਲੇਤੇ ਉਧਾਰ ਹੁਣ ਉਹ ਦੀਵਾ ਬਣ ਗਿਆ ਉਹ ਦੀਵੇ ਨੂੰ ਕੋਈ ਫਰਕ ਨਹੀਂ ਜਿੰਨੇ ਮਰਜੀ ਦੀਵੇ ਜਗਾਓ ਉਹਦੀ ਅਗਣੀ ਨਹੀਂ ਘਟਦੀ ਉਹ ਨਿਰੰਤਰ ਬਲੀ ਜਾਂਦਾ ਹੈ ਉਸ ਨੂੰ ਕੋਈ ਪ੍ਰਵਾਹ ਨਹੀਂ ਹੈ ਕਿਸੇ ਘਟਣ ਦੀ ਕਿਸੇ ਵਧਣ ਦੀ ਜਿੰਨਾ ਚਿਰ ਅਸੀਂ ਘਟਣ ਵਧਣ ਦੇ ਚੱਕਰ ਵਿੱਚ ਪੈ ਰਹੇ ਹਾਂ ਸਾਡਾ ਧਰਮ ਨਾ ਕੋਈ ਖੋਲ ਖੋ ਕੇ ਲੈ ਜਾਏ ਉਹਨਾਂ ਚਿਰ ਵਿੱਚ ਕੋਈ ਚੋਰ ਲੁਕਾ ਹੋਇਆ ਜੋ ਅਜੇ ਕਠਾ ਕਰ ਰਿਹਾ ਕੋਈ ਅਜੇ ਅਧਿਕਾਰੀ ਬਣਨਾ ਚਾਹੁੰਦਾ ਰੱਬ ਨੂੰ ਨਹੀਂ ਮਿਲਣਾ ਚਾਹੁੰਦਾ ਉਹ ਆਪ ਕੁਝ ਬਣਨਾ ਚਾਹੁੰਦਾ ਜਿੱਦਣ ਸਭ ਕੁਝ ਤੇਰਾ ਤੁਝ ਕੋ ਸੌਂਪਤੇ ਕਿਆ ਲੱਗਾ ਮੇਰਾ ਉਸ ਦਿਨੇ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਦੂਜਿਆਂ ਨੂੰ ਵੀ ਉਧਾਰ ਲੈਂਦਾ